ਆਪਣੇ ਦੋਸਤ ਵੀ ਬੜੇ ਨੇ ਤੇ ਦੁਸ਼ਮਣਾਂ ਦੀ ਵੀ ਕਮੀ ਸੋ ਆਪਾਂ ਦੋਨਾਂ ਨੂੰ ਵੈਲਕਮ ਕਰਦੇ ਹਾਂ ਕਿ ਸੇ ਨੂੰ ਤਾਂ ਸ਼ੌਕ ਹੋਇਆ ਕਿ ਮੱਝਾਂ ਦੀ گاਵਾਂ ਦੀ ਪੰਜਾਬ ਦੀ ਇਹ ਵਾਈਟ ਰੈਵੋਲੂਸ਼ਨ ਦੀ ਉਹ ਗੱਲ ਕਰਨ ਦਾ ਪਿਆਰ ਉਹ ਮੱਝਾਂ گاਵਾ ਤੁਸੀਂ ਕਦੇ ਰੱਖੀਆਂ ਜਾਂ ਇੰਟਰਸਟਿਡ ਆ ਤਾਂ ਇਹ ਸ਼ੋਅ ਤੁਹਾਡੇ ਖਾਤਰ ਹੈ ਜੇ ਤੁਸੀਂ ਪੋਲੀਟੀਕਲ ਗੱਲਾਂ ਦਾ ਵੀ ਉਹਨੇ ਕੀ ਕਿਹਾ ਉਹਨੇ ਕੀ ਕਿਹਾ ਉਹ ਸਵਾਦ ਬਾਜੀ ਇਹ ਚ ਹੈ ਨਹੀਂ ਇਹ ਤਾਂ ਇੱਕ ਦੂਜੇ ਨੂੰ ਜੇ ਗਾਲ ਕੱਢੀ ਤਾਂ ਛਾਪ ਦਿੰਦੇ ਆ ਮਾੜਾ ਚੰਗਾ ਬੋਲੀ ਹੈ ਕਰਪਟ ਹੈ ਚੋਰ ਹੈ ਤਸਵੀਰੇ ਚਪ ਜੂਗਾ ਤੇ ਕੰਮ ਦੀ ਗੱਲ ਕਰੀਏ ਕੋਈ ਨਾ ਜਿਵੇਂ ਅਕਾਲੀ ਦਲ ਪੰਥ ਦੇ ਨੌ ਤੇ ਰਾਜਨੀਤੀ ਕਰਦਾ ਤੇ ਬੀਜੇਪੀ ਜੜੀ ਆ ਉਹ ਹਿੰਦੂਤਵ ਹੋਰ ਗਾਈਆਂ ਦੇ ਨੌ ਤੇ ਰਾਜਨੀਤੀ ਕਰਦੀ ਆ ਆ ਬਚਾ ਉਹ ਬੱਲੇ ਤੂੰ ਖਾ ਗਿਆ ਮੇਰਾ ਕੁੜਤਾ ਖਾ ਗਿਆ ਚਿੱਟਾ ਕੁੜਤਾ ਪਿਆ ਮਾ ਕੋਈ ਨਹੀਂ ਤੇ ਵੇ ਆਪਣੇ ਤੇ ਸਮਾਨਤਾ ਇੱਕ ਆਏ ਹਾਏ ਆਪਾਂ ਕੁੜਤਾ ਪਿਆ ਮਾ ਇੱਕ ਥਾਂ ਤੋਂ ਸਵਾਉਣੇ ਆ ਪ੍ਰਿੰਸ ਤੋਂ ਇੱਕ ਹੋਰ ਵੀ ਸਮਾਨਤਾ ਅਪਾਦਨ ਮੈਂ ਫਰੈਂਸ ਨੂੰ ਐਸੇ ਵੀ ਟਾਈਮ ਤੇ ਦੇ ਦਿੰਦਾ ਸਵਾਗੇ ਜਿੰਦਨ ਮੈਂ ਰਾਜਨੀਤੀ ਚਾਇਆ ਉਹਦੇ ਬਾਅਦ ਮੈਂ ਕੁਰਤਾ ਪਜਾਮਾ ਆਪਣੀ ਡਰੈਸ ਬਣਾ ਲਿਆ ਔਰ ਸਾਰ ਬੜਾ ਸਸਤਾ ਜਾਂਦਾ ਥੋੜੇ ਪੈਸਿਆਂ 'ਚ ਟੌਰ ਬਹੁਤ ਲੱਗ ਜਾਂਦਾ ਪਰ ਅਗਰ ਤੁਸੀਂ ਬ੍ਰਾਜ਼ੀਲ ਦੀ ਗੱਲ ਕਰੋ ਤਾਂ ਉਹਨਾਂ ਦੀਆਂ ਸੂਏ 10-10 12-12 15-15 ਸੂਏ ਲੰਦੇ ਆ ਤੇ ਇਹ ਸਾਡੇ ਵੀ ਹੁਣ ਸੜਕਾਂ ਦੇ ਉੱਤੇ ਗਾਇਆਂ ਕਿਉਂ ਆ ਕਿਉਂਕਿ ਤੀਜੇ ਸੂਏ ਜਾਂ ਚੌਥੇ ਸੂਏ ਜਾ ਕੇ ਗਾਂ ਬਕਾਰ ਹੋ ਜਾਂਦੀ ਆ ਹਰਿਆਣਾ 4 ਤੋਂ 5000 ਕਰੋੜ ਰੁਪਏ ਦੇ ਕਟੇ ਤੇ ਮਜਾ ਵੇਚਦਾ ਠੀਕ ਆ ਪੰਜਾਬ ਵਾਲੇ ਤੋਂ ਖਰੀਦ ਕੇ ਲੈਂਦੇ ਆ ਅਗਰ ਡੇਰੀ ਫਾਰਮਿੰਗ ਨੂੰ ਆਪਾਂ ਕਾਮਯਾਬ ਪੰਜਾਬ 'ਚ ਕਰਨਾ ਚਾਹੁੰਦੇ ਆ ਤੇ ਪਹਿਲਾਂ ਤਾਂ ਆਪਾਂ ਦੇਖਣਾ ਪਊਗਾ ਕਿ ਵੀ ਸਾਡੀ ਦੁੱਧ ਦੀ ਖਪਤ ਕਿੰਨੀ ਆ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਵੀਆ ਅੱਖਰ ਦੀ ਨਵੀਂ ਸ੍ਰੀ ਚਿੱਟਾ ਕੁਰਤਾ ਪਜਾਮਾ ਜੀ ਤੁਹਾਡਾ ਸਵਾਗਤ ਹੈ ਪਹੁੰਚੇ ਤਾਂ ਅਸੀਂ ਰਾਣਾ ਗੁਰਜੀਤ ਦੇ ਨਾਲ ਉਹ ਗੱਲਾਂ ਕਰਨ ਜਿਹੜੀਆਂ ਦੇ ਲਈ ਉਹ ਜਾਣੇ ਜਾਂਦੇ ਆ ਯਾਨੀ ਕਿ ਸਿਆਸਤ ਦੇ ਬਾਰੇ ਪਰ ਇੱਥੇ ਆਏ ਅੱਧਾ ਪੌਣਾ ਘੰਟਾ ਪਸ਼ੂਆਂ ਦੀਆਂ ਗੱਲਾਂ ਕਰੀਆਂ ਤੇ ਅਸੀਂ ਸੋਚਿਆ ਵੀ ਕਿਉਂ ਨਾ ਫਿਰ ਸ਼ੋਅ ਇਸ ਵਾਰ ਦਾ ਸਾਰਾ ਹਣ ਡੰਗਰ ਬੱਛੇ ਦੀ ਕਰਦਗੇ ਕਾਰਨ ਕੀ ਆਹ ਕਾਰਨ ਇਹੀ ਅ ਵੀ ਭਾਈ ਆਪਾਂ ਜ਼ਿਆਦਾਤਰ ਪੰਜਾਬ ਵਾਲੇ ਪਿੰਡਾਂ 'ਚ ਹੀ ਰਹਿੰਦੇ ਆ ਤੇ ਆਪਾਂ ਨੂੰ ਪਤਾ ਹੀ ਹੁੰਦਾ ਨਾ ਵੀ ਕੀ ਕੁਛ ਪੰਜਾਬ ਦੀ ਜਿਹੜੀ ਲੋਡ ਆ ਉਹ ਕੀ ਆ ਗਈ ਰਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜੇ ਦਿਨਾਂ ਬਾਅਦ ਮਿਲੇ ਹੋ ਇਲੈਕਸ਼ਨ ਦੇ ਤੁਸੀਂ ਅੱਜ ਮਿਲੇ ਹੋ ਵੈਸੇ ਠੀਕ ਹੈ ਚੰਗੀ ਗੱਲ ਆ ਪਰ ਮੈਂ ਇੱਕ ਚਲੋ ਆਪਾਂ ਪਹਿਲਾਂ ਗੱਲ ਕਰਗੇ ਤੁਸੀਂ ਇਲੈਕਸ਼ਨ ਯਾਦ ਕਰਾਤੇ ਮੇਰੀ ਕਿਸੇ ਇੰਟਰਵਿਊ ਤੇ ਸਭ ਤੋਂ ਵੱਧ ਆਲੋਚਨਾ ਤੇ ਮੇਰੀ ਕਿਸੇ ਇੰਟਰਵਿਊ ਨੂੰ ਸਭ ਤੋਂ ਵੱਧ ਸਲਾਹਤ ਜਿਹੜੀ ਨੂੰ ਮਿਲੀ ਆ ਦੋਨੇ ਚੀਜ਼ਾਂ ਪੂਰੀਆਂ ਮਿਲੀਆਂ ਠੀਕ ਹੈ ਉਹ ਤੁਹਾਡੇ ਇੰਟਰਵਿਊ ਸੀ ਆਪਣੇ ਦੋਸਤ ਵੀ ਬੜੇ ਨੇ ਤੇ ਦੁਸ਼ਮਣਾਂ ਦੀ ਵੀ ਕੰਮੀ ਸੋ ਆਪਾਂ ਦੋਨਾਂ ਨੂੰ ਵੈਲਕਮ ਕਰਦੇ ਆ ਨਹੀਂ ਬਹੁਤ ਸਹੀ ਅੱਛਾ ਤੇ ਆਪਾਂ ਅੱਜ ਗੱਲ ਜਿਵੇਂ ਮੈਂ ਪਹਿਲਾਂ ਸਾਰਿਆਂ ਨੂੰ ਦੱਸ ਹੀ ਦਿੱਤਾ ਵੀ ਆਪਾਂ ਹੁਣ ਫਾਰਮ ਤੇ ਗੱਲ ਕਰਾਂਗੇ ਪਸ਼ੂਆਂ ਦੇ ਬਾਰੇ ਆਪਾਂ ਇਸ ਵਾਰ ਦਾ ਜਿਹੜਾ ਸਾਰਾ ਸ਼ੋਅ ਆਪਾਂ ਡੈਡੀਕੇਟ ਕਰਤਾ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ ਹਾਂ ਜੀ ਕਿ ਕਿਸੇ ਬੰਦੇ ਨੇ ਕਿਸੇ ਪੱਤਰਕਾਰ ਨੇ ਕਿਸੇ মিডিਆ ਤੇ ਚਾਹੇ ਇਲੈਕਟ੍ਰੋਨਿਕ ਹੋਵੇ ਚਾਹੇ ਜਿਹੜੀ ਪ੍ਰਿੰਟ মিডিਆ ਹਾਂ ਕਿਸੇ ਨੂੰ ਤਾਂ ਸ਼ੌਕ ਹੋਇਆ ਕਿ ਵੀ ਮੱਝਾਂ ਦੀ گاਵਾਂ ਦੀ ਪੰਜਾਬ ਦੀ ਵਾਈਟ ਰੈਵੋਲੂਸ਼ਨ ਦੀ ਕੋਈ ਗੱਲ ਕਰਨ ਨੂੰ ਤਿਆਰ ਹੋਵੇ ਪ੍ਰੋਜੈਕਟ ਕਰਨ ਨੂੰ ਤਿਆਰ ਹੋਵੇ ਇੱਥੇ ਤਾਂ ਇੱਕ ਦੂਜੇ ਨੂੰ ਜੇ ਗਾਲ ਕੱਢੀ ਤਾਂ ਛਾਪ ਦਿੰਦੇ ਆ ਮਾੜਾ ਚੰਗਾ ਬੋਲਦੀ ਹੈ ਕਰਪਟ ਹੈ ਚੋਰ ਹੈ ਤਸਵੀਰੇ ਛਪ ਜੂਗਾ ਇਹ ਕੰਮ ਦੀ ਗੱਲ ਕਰੀਏ ਕੋਈ ਨਹੀਂ ਆਉਂਦਾ ਕੰਮ ਦੀ ਗੱਲ ਕਿੱਥੋਂ ਕਰਨ ਜਦੋਂ ਕੋਈ ਮਾੜਾ ਜਾਂ ਟੀਵੀ ਮੂਰੇ ਆਉਂਦੇ ਸਭ ਤੋਂ ਪਹਿਲਾਂ ਕੰਮ ਤਾਂ ਪਿੰਡ ਛੱਡਦੇ ਆ ਨਹੀਂ ਮੈਂ ਦੇਖੋ ਪਿੰਡ ਮੈਂ ਵੀ ਛੱਡਿਆ ਹਾਂ ਮੈਂ ਯੂਪੀ ਦਾ ਜੰਪ ਲਿਆ ਹਾਂ ਮੈਂ ਕਾਰਖਾਨੇ ਲਾਉਣ ਲਈ ਇੱਥੇ ਆਇਆ ਸੀ ਚੰਡੀਗੜ੍ਹ ਹੂੰ ਪੰਜਾਬ ਮੱਝ ਚ ਚਰੇ ਗਿਆ ਹਾਂ ਜੀ ਹਾਂ ਤੇ ਫਿਰ ਰਬ ਦੀ ਕਰਨੀ ਫਿਰ ਮੈਨੂੰ ਰਾਜਨੀਤੀ 'ਚ ਆਉਣਾ ਪੈ ਗਿਆ ਹੂੰ ਪਾਹ ਮੈਂ ਚੰਡੀਗੜ੍ਹ ਰਹਿਣਾ ਤੇ ਤੁਸੀਂ ਦੇਖ ਲਓ ਮੈਂ ਟੈਲੀਫੋਨ ਤੇ ਇਥੋਂ ਬਾਜਪਪਾ ਆਪਣੇ ਮੈਨੇਜਰ ਨਾਲ ਆਪਣੇ ਛੋਟੇ ਭਾਈ ਨਾਲ ਸਾਡੀ ਖੇਤੀ ਉੱਥੇ ਅੱਜ ਵੀ ਆ ਪੂਰੀ ਕਰਦਾ ਡੰਗਰਾ ਬਾਰੇ ਹਾਂ 1996 97 ਵਿੱਚ ਮੈਂ ਇਥੇ ਮਜਾ ਰੱਖਿਆ ਸੀ ਉਦੋਂ ਥੋੜੀਆਂ ਰੱਖਿਆ ਸੀ ਫਿਰ ਉਹ ਸ਼ੌਕ ਘਟ ਸੀ ਅਸਲ ਮੇਰੇ ਮੈਨੂੰ ਇਹ ਮੇ ਆਪਣੀ ਮਾਤਾ ਤੋਂ ਆਇਆ ਲੇਕ ਆ ਲੈ ਮੇਰੀ ਮਾਤਾ ਨੂੰ ਬਹੁਤ ਸ਼ੌਕ ਸੀ ਮਜਾ ਰੱਖਣ ਦਾ ਖਾਈਆਂ ਰੱਖਣ ਦਾ ਹਾਂ ਤੇ ਖੇਤੀ ਕਰਾਉਣ ਦਾ ਖੇਤੀ ਕੀਤੀ 85 ਸਾਲ ਦੀ ਉਮਰ ਤਾਈ ਮੇਰੀ ਮਾਤਾ ਨੇ ਸਵੇਰੇ 5:30 ਵਜੇ ਜੀਪ ਚੜ ਜਾਂਦੇ ਹੁੰਦੇ ਸੀ 6 ਵਜੇ ਪੱਕਾ ਫਾਰਮ ਉਹਨਾਂ ਨੇ ਖੇਤਾਂ ਨੂੰ ਚਲ ਜਾਨਾ ਟੋਟਲ ਓਵਰਆਲ ਹੁਣ ਕਿੰਨੇ ਪਸ਼ੂ ਆ ਤੁਹਾਡੇ ਕੋਲੇ ਮੇਰੇ ਖਾਨਾ ਇੱਥੇ ਤੇ ਬਾਜਪੁਰੇ ਸਾਰੇ ਲਾ ਕੇ ਦੇਖੋ ਜੀ ਬਾਜਪੁਰ ਪੰਜ ਆ ਪੰਜ ਮੇਰੇ ਛੋਟਾ ਭਰਾ ਜ਼ਿਆਦਾ ਨਹੀਂ ਰੱਖਦਾ ਠੀਕ ਹੈ ਜੀ ਉਹ ਦੇਖੋ ਦੋ ਮੁਰਾਦੀਆਂ ਮੱਝਾਂ ਹਾਂ ਦੋ ਦੇ ਕੋ ਨੀਲੀ ਰਾਵੀ ਦੀਆਂ ਦਿੱਤੀਆਂ ਇੱਕ ਉਹਦੇ ਕੋ ਸਹੀ ਆਲ ਦੀ ਖਾਂ ਸਹੀ ਆ ਹਾਂ ਜੀ ਹਾਂ ਤੇ ਇਸੇ ਤਰ੍ਹਾਂ ਮੇਰੀ ਜਿਹੜੀ ਸ਼ਰਾਬ ਫੈਕਟਰੀ ਜਾਂ ਇਥਨੋਲ ਪਲਾਂਟ ਕਹਿ ਲਓ ਉਹ ਚ ਚਾਰ ਗਾਈਆਂ ਠੀਕ ਹੈ ਜੀ ਇਸੇ ਤਰ੍ਹਾਂ ਬੁੱਟਰ ਹਾਂ ਸਾਡੀ ਜਿਹੜੀ ਸ਼ੂਗਰ ਮਿਲਿਆ ਹਾਂਜੀ ਉਹਦੇ ਵਿੱਚ ਦੋ ਥਾਰ ਪਰਕਰ ਨੇ ਐਂ ਦੋ ਉਹਦੇ ਕੋ ਮੁਰਾ ਦੀ ਇੱਕ ਨੀਲੀ 라ਵੀ ਤੇ ਇੱਕ ਮੁਰਾ ਤੇ ਇਸੇ ਤਰ੍ਹਾਂ ਹੂਨ ਆਲਾ ਮੇਰਾ ਮੈਨੇਜਰ ਜਿਹੜਾ ਜਿਹੜੇ ਜਿਹੜੇ ਮੈਨੇਜਰ ਨੂੰ ਸ਼ੌਕ ਆ ਉਹਨੂੰ ਮੈਂ ਲੈ ਕੇ ਦਿੰਦਾ ਜੇ ਸ਼ੌਕ ਨਹੀਂ ਤੇ ਮੈਂ ਨਹੀਂ ਲੈ ਕੇ ਦਿੰਦਾ ਸਹੀ ਹੈ ਔਰ ਬਾਕੀ ਦੀਆਂ ਫੈਕਟਰੀਆਂ 'ਚ ਨਹੀਂ ਆ ਕਈਆਂ ਮੁੰਡਿਆਂ ਨੂੰ ਨਹੀਂ ਸ਼ੌਕ ਤੇ ਮੇਰਾ ਜਿਹੜਾ ਬੇਟਾ ਅੰਮ੍ਰਿਤਸਰ ਉਹਦੇ ਉੱਥੇ ਗਾਈਆਂ 'ਚ ਵਿਸ਼ਵਾਸ ਕਰਦਾ ਉਹ ਇਹ ਵਿਸ਼ਵਾਸ ਕਰਦਾ ਕਿ ਜਿੱਥੇ ਗਾਂਹੀ ਹੋਗੀ ਨਾ ਉਹ ਕਾਰੋਬਾਰ ਵਧੀਆ ਚੱਲੇਗਾ। ਗਾਂਹੀਆਂ ਰੱਖਦਾ। ਸਹੀ ਹੈ। ਤਾਂ ਆਪਾਂ ਅੰਦਰ ਚੱਲਦੇ ਹਾਂ ਪਰ ਪਹਿਲਾਂ ਆ ਇਹਦੇ ਬਾਰੇ ਗੱਲ ਕਰ ਲਗੇ। ਆਚਾਰ ਆ ਚਾਰ ਪਾਈ ਬੈਠੇ ਹਾਂ। ਇਹ ਜੀ ਇਹ ਦੇਖੋ ਨਾ ਇਹ 1 ਟਨ ਮਤਲਬ 10 11 ਕੁਇੰਟਲ ਦੀ ਇਹ ਬੇਲ ਆ। ਹਾਂ ਇਹ 슈ਗਰ ਬੀਟ ਦੀ ਪਲਪ ਆ। 슈ਗਰ ਬੀਟ ਤੋਂ ਸਾਡੀ ਹੀ ਫੈਕਟਰੀ ਇਕੱਲੀ ਹਾਂ ਸਾਰੇ ਹਿੰਦੁਸਤਾਨ ਚ ਆ ਚੀਨੀ ਬਣਾ ਰਹੀ ਆ ਠੀਕ ਹੈ ਉਹਦੇ ਵਿੱਚ ਪਲਪ ਨਿਕਲਦੀ ਆ ਗੁੱਦਾ ਹੂੰ ਇਹ ਗੁੱਦਾ ਬੜਾ ਅੱਛਾ ਮੰਨਿਆ ਗਿਆ ਸਾਰੇ ਯੂਰਪ ਦੇ ਵਿੱਚ ਪਹਿਲਾਂ 슈ਗਰ ਬੀਟ ਤੋਂ ਚੀਨੀ ਤਾਂ ਬਾਅਦ ਚ ਬਣਾਉਣੀ ਚਾਲੂ ਕੀਤੀ ਪਹਿਲਾਂ ਭੇਡਾਂ ਨੂੰ ਚਾਰਨ ਲਈ ਉਹ ਲੋਕ ਵੀ ਦੇ ਦਿੰਦੇ ਹੁੰਦੇ ਸੀ ਅੱਛਾ ਹਾਂ ਫਿਰ ਜਦੋਂ ਵਰਲਡ ਵਾਰ 1 ਫਰਸਟ ਲੱਗੀ ਆ ਹਾਂ ਤੇ ਉਹ ਉਹ ਨੈਪੋਲੀਅਨ ਨੇ ਆਪਣੇ ਸਟਾਕਸ ਟੂਕ ਚੈੱਕ ਕੀਤੇ ਕਿੰਨਾ ਜੇ ਕਹਿੰਦੇ ਜੀ ਆਪਣੇ ਕੋਲ 6 ਮਹੀਨੇ ਦੀ ਚੀਨੀ ਆ ਹਾਂ ਉਹ ਕਹਿੰਦਾ ਜੰਗ ਸਾਲ ਦੋ ਸਾਲ ਚੱਲ ਗਿਆ ਹਾਂ ਕਹਿੰਦਾ ਫਿਰ ਆਪਾਂ ਬਗੈਰ ਚੀਨੀ ਦੇ ਹੋ ਜਾਾਂਗੇ ਹਾਂ ਕਹਿੰਦਾ ਫਿਰ ਇਹਨੂੰ ਡਿਵੈਲਪ ਕਰੋ ਇਹਦੇ ਚ ਮਿਠਾਸ ਸੀ ਠੀਕ ਹੈ ਫਿਰ ਉਹਨਾਂ ਨੇ ਰਿਸਰਚ ਰਾਹੀਂ ਇਹ ਚ ਮਿਠਾਸ ਪਾਈ ਹੁਣ ਯੂਰਪ ਸਾਰਾ ਚੀਨੀ ਇਹਦੇ ਤੋਂ ਬਣਾਉਂਦਾ ਹਾਂ ਔਰ ਇਹ ਜਿਹੜੀ ਐ ਫੀਡ ਹਾਂ ਗਾਈਆਂ ਨੂੰ ਹਾਂ ਔਰ ਘੋੜਿਆਂ ਨੂੰ ਪਾਉਂਦੇ ਘੋੜਿਆਂ ਵਾਸਤੇ ਵੀ ਵਧੀਆ ਹਾਂ ਘੋੜਿਆਂ ਵਾਸਤੇ ਘੋੜਿਆਂ ਦੀ ਸਕਿਨ ਦੀ ਜਿਹੜੀ ਸ਼ਾਈਨ ਆ ਵਜ੍ਹਾ ਦਈ ਮੈਂ ਮਨੂ ਸ਼ਰਮਾ ਨੂੰ ਦੱਸੂਗਾ ਮਨੁਸ਼ ਚਲੋ ਮੈਂ ਕਿਸੇ ਚਲੋ ਕੋਈ ਨਹੀਂ ਆਪਣੇ ਕਿਸੇ ਗੁਰੂ ਘਰ ਮੈਂ ਸੇਵਾ ਕਰਦਾ ਨੌ ਨਿਮਾ ਦਸਣਾ اچھا ਉਥੇ ਭੇਜਦਾ ਮੈਂ ਜਿਹੜਾ ਕੋ ਘੋੜੇ ਆ ਅੱਛਾ ਭਾਈ ਇਹ ਸੇਵਾ ਮੈਨੂੰ ਦਿਓ ਪਰਦੇ ਚ ਕਿੰਨੇ ਘੋੜੇ ਆ ਉਥੇ ਚਲੋ ਜਿੰਨੇ ਵੀ ਪਰਦੇ ਚ ਦਾ ਦੂੰਗਾ ਚਲ ਕਹੀ ਗੱਲ ਨਹੀਂ ਤੇ ਇੱਕ ਪੱਖੇ ਬੰਦ ਕਰਵਾ ਦਿਓ ਤਾਂ ਕਿ ਪੱਖੇ ਬੰਦ ਪੱਖੇ ਬੰਦ ਕਿਉਂਕਿ ਫਿਰ ਆਵਾਜ਼ ਸਾਡੀ ਆਉਣੀ ਨਹੀਂ ਪੱਖਿਆਂ ਦੀ ਆਈ ਜਾਨੀ ਤਾਂ ਥੋੜਾ ਜਿਹਾ ਆਪਾਂ ਨੂੰ ਆਈਐਸਓ ਭਾਈ ਉਹ ਸਾਵਨਾ ਸੈੱਟ ਕਰ ਲਓ ਸਾਰੇ ਜਣੇ। ਆ ਇੱਕ ਬੇਨਤੀ ਮੈਂ ਭਾਈ ਆਪਦੇ ਜਿਹੜੇ ਨਾਲ ਆ ਕੈਮਰੇ ਵਾਲੇ ਇਹਨਾਂ ਨੂੰ ਵੀ ਕਰਦਿਆਂ ਵੀ ਤੁਸੀਂ ਅਮਰ ਕਿਸ ਤੋਂ ਛੜਨਾ ਖਾਲਿਓ ਪ੍ਰਭੂ ਬਚਾ ਕੇ। ਇਹ ਗਾਈ ਦੇ ਪਿੱਛੇ ਨਹੀਂ ਜਾਣਾ। ਹਾਂ। ਮੱਝ ਦੀ ਕੋਈ ਗੱਲ। ਹਾਂ। ਤੇ ਹੋਰ ਕਿਤੇ ਥੋੜਾ ਮੁੜ ਕੇ ਨੁਕਸਾਨ ਹੋ ਜਾ। ਆਪਾਂ ਮੱਝਾਂ ਤੋਂ ਸ਼ੁਰੂ ਕਰਦੇ ਆਂ। ਓਕੇ ਉਧਰੋਂ ਚੱਲ ਜੀ। ਜਿਹੜੀ ਇੱਕ ਗੱਲ ਇਹ ਆਪਣੀ ਜਿੱਥੋਂ ਇਹ ਗੱਲ ਸ਼ੁਰੂ ਹੋਈ ਆ। ਦੇਖਪਾਲ ਦੇ ਲਈ ਲੰਪੀ ਸਕਿੰ ਹੈ ਜਿਹੜੀ ਅੱਜਕੱਲ ਪੰਜਾਬ ਚ ਬਹੁਤ ਜ਼ਿਆਦਾ ਚੱਲੀ ਸੀ ਬਹੁਤ ਨੂੰ ਲੋਕਾਂ ਦਾ ਨਾ ਅਗਰੀ ਦਾ ਨੁਕਸਾਨ ਹੋਇਆ ਉਸ ਬਿਮਾਰੀ ਦਾ ਦੇਖੋ ਜੀ ਲੰਪੀ ਸਕਿੰ ਡਿਜ਼ੀਜ਼ ਜਿਹੜੀ ਆ ਹਾਂ ਇਹ ਪੰਜਾਬ ਦੀ ਬਿਮਾਰੀ ਨਹੀਂ ਆ ਓਕੇ ਮੈਂ ਇੱਧਰ ਆ ਜਾਂਦਾ ਇਹ ਜਿਹੜੀ ਲੰਪੀ ਸਕਿੰ ਡਿਜ਼ੀਜ਼ ਆ ਹਾਂ ਇਹ ਗੁਜਰਾਤ ਦੇ ਵਿੱਚ 2019 ਦੇ ਵਿੱਚ ਆ ਗਈ ਅੱਛਾ ਤੇ ਗੁਜਰਾਤ ਚ ਰਹਿਣੀ ਸੀ ਹਾਂ ਕੈਲੀਫੋਰਨੀਆ ਦੇ ਵਿੱਚ ਨਾ ਤੇ ਉਹ ਫਰੂਟ ਤੇ ਨਾ ਕੋਈ ਮਿਲਕ ਪ੍ਰੋਡਕਟ ਤੇ ਨਾ ਕੋਈ ਇਹੋ ਜੀ ਚੀਜ਼ ਲੈ ਹੁਣ ਦਿੰਦੇ ਆ ਜਿਹਦੇ ਨਾਲ ਜਿਹੜੀਆਂ ਫਰੂਟ ਤੇ ਵੈਜੀਟੇਬਲਸ ਹਮ ਬਾਲੀ ਸਟੇਟ ਚੋਂ ਨਹੀਂ ਲੈ ਸਕਦੇ ਉਹ ਟਰਾਂਸਮਿਟ ਹੋ ਜਾਂਦੀ ਹੈ ਡਿਜ਼ੀਜ਼ ਹਮ ਐਲ ਗੁਜਰਾਤ ਦੀਆਂ ਗਾਇਆਂ ਚਰਨ ਵਾਸਤੇ ਰਾਜਸਥਾਨ ਹੋ ਕੇ ਹਮ ਪੰਜਾਬ ਚ ਆਉਨੀਆਂ ਠੀਕ ਹੈ ਪਹਿਲਾਂ ਉਹਨਾਂ ਨੇ ਬਿਮਾਰੀ ਰਾਜਸਥਾਨ ਚ ਦਿੱਤੀ ਪਿਛਲੇ ਸਾਲ ਰਾਜਸਥਾਨ ਚ ਆਈ ਹਾਂ ਤੇ ਇਸ ਸਾਲ ਸਾਡੇ ਲੰਪੀ ਸਕਿਨ ਡਿਜ਼ੀਜ਼ ਪੰਜਾਬ ਚ ਵੀ ਆ ਗਈ ਹਮ ਉਹਦਾ ਮੁੱਖ ਕਾਰਨ ਹੈ ਕਿ ਵੀ ਜਿਹੜੀਆਂ ਡਿਜ਼ੀਜ਼ ਆ ਹੂੰ ਉਹ ਗਾਇਆਂ ਟਰਾਂਸਮਿਟ ਕਰਦੀਆਂ ਇਧਰ ਨੂੰ ਹੂੰ ਪਹਿਲਾ ਕੰਮ ਇਹ ਮੈਂ ਕੁਝ ਦਿਨ ਪਹਿਲਾਂ ਇੱਕ ਮੀਡੀਆ ਚ ਵੀ ਕਿਹਾ ਸੀਗਾ ਕਿ ਲੰਪੀਸਕਨ ਡਿਜ਼ੀਜ਼ ਬਿਮਾਰੀ ਦੀ ਬਾਅਦ ਚ ਗੱਲ ਕਰਾਂਗੇ ਪਹਿਲਾਂ ਜਿਹੜੀ ਆਵਾਜਾਈ ਇੱਕ ਸਟੇਟ ਤੋਂ ਦੂਜੀ ਸਟੇਟ ਚ ਗਾਇਆਂ ਦੀ ਹੋਣ ਜਾਣ ਦੀ ਆ ਇਹ ਬੰਦ ਹੋਣੀ ਚਾਹੀਦੀ ਜਿਹੜੇ ਵਿਧਾਨ ਸਭਾ ਚ ਪਾਸ ਕਰਨਾ ਚਾਹੀਦਾ ਸਾਨੂੰ ਮਤਲਬ ਜਿਹੜੇ ਆ ਜਿਵੇਂ ਰਾਜਸਥਾਨ ਚ ਬੱਗ ਜਾਂ ਆਚਾਰਨ ਆ ਜਾਂਦੇ ਆ ਉਹਨਾਂ ਦੇ ਨਾਲ ਇਧਰ ਆ ਜਾਂਦੇ ਉਹਨਾਂ ਦੇ ਨਾਲ ਹੋਰ ਬਿਮਾਰੀਆਂ ਵੀ ਆ ਸਕਦੀਆਂ ਇਹ ਤਾਂ ਖਾਲੀ ਲੰਪੀ ਸਕਿਨ ਡਿਜ਼ੀਜ਼ ਆਈ ਆ ਕੱਲ ਨੂੰ ਕੋਈ ਨਵੀਂ ਕੋਵਿਡ ਕਿਦਾਂ ਸਪਰੈਡ ਹੋਇਆ ਇੱਕ ਦੂਜੇ ਤੋਂ ਇੱਕ ਮੁਲਕ ਤੋਂ ਦੂਜੇ ਦੂਜੇ ਮੁਲਕ ਤੋਂ ਤੀਜੇ ਸੋ ਲੰਪੀ ਸਕਿਨ ਡਿਜ਼ੀਜ਼ ਲਈ ਗੋਟ ਪੌਕਸ ਦਾ ਇੰਜੈਕਸ਼ਨ ਹੂੰ ਆ ਕਹਿੰਦੇ ਮੈਂ ਲਵਾਤੇ ਸੀ ਆਪਣੇ ਜਾਨਵਰ ਨੂੰ ਹਾਂ ਹਾਂਜੀ ਬਟ ਗੋਟ ਪੌਕਸ ਲੰਪੀ ਸਕਿਨ ਡਿਜ਼ੀਜ਼ ਦਾ ਇਲਾਜ ਨਹੀਂ ਆ ਅੱਛਾ ਇਹ ਅਫਰੀਕਾ ਤੋਂ ਚੱਲੀ ਬਿਮਾਰੀ ਹਾਂ ਸਾਰੇ ਅਫਰੀਕਾ ਚ ਹੋਈ ਫਿਰ ਸਾਊਥ ਅਫਰੀਕਾ ਦੇ ਵਿੱਚ ਇਹਦਾ ਸਾਰਾ ਉਹਨਾਂ ਨੇ ਫਿਰ ਇੱਕ ਤੋੜ ਕੱਢਿਆ ਔਰ ਇਜ਼ਰਾਈਲ ਚ ਵੀ ਮੇਰੀ ਗੱਲਬਾਤ ਹੋਈ ਅਮਰੀਕਾ ਚ ਵੀ ਗੱਲਬਾਤ ਹੋਈ ਔਰ ਇਜ਼ਰਾਈਲ ਵਾਲੇ ਤਾਂ ਹਰ ਸਾਲ ਹਰ 6 ਮਹੀਨੇ ਬਾਅਦ ਲੰਪੀ ਸਕਿਨ ਡਿਜ਼ੀਜ਼ ਦੇ ਵੈਕਸੀਨ ਲਾਉਂਦੇ ਆ ਨਹੀਂ ਉਹਨਾਂ ਦੇ ਜਾਣਵਾਂ ਜੰ ਲੰਪੀ ਸਕਿਨ ਡਿਜ਼ੀਜ਼ ਨਾ ਆ ਪਾਵੇ ਜੇ ਕਵਰੀ ਹੋ ਗਈ ਹੁਣ ਉਹ ਨਹੀਂ ਹਟਦੀ ਹੈ ਫਿਰ ਹੁੰਦੀ ਇਹ ਅਗਲੇ ਸਾਲ ਆ ਸਕਦੀ ਆ ਹੋਰ ਇਦੋਂ ਭਿਆਨਕਰ ਤੌਰ ਤੇ ਆ ਸਕਦੀ ਆ ਪਰ ਮੇਰਾ ਤਾਂ ਇੱਕ ਸਵਾਲ ਹੈ ਕਿ ਵੇਖੋ ਜਿਵੇਂ ਅਕਾਲੀ ਦਲ ਪੰਥ ਦੇ ਨਾਂ ਤੇ ਰਾਜਨੀਤੀ ਕਰਦਾ ਤੇ ਭਾਜਪਾ ਜਿਹੜੀ ਆ ਉਹ ਹਿੰਦੂਤਵ ਔਰ ਗਾਈਆਂ ਦੇ ਨਾਂ ਤੇ ਰਾਜਨੀਤੀ ਕਰਦੀ ਆ ਲੇਕਿਨ ਯਾਰੋ ਇਹਨਾਂ ਇਸ ਪਾਰਟੀ ਨੇ ਬਿਲਕੁਲ ਨਹੀਂ ਸੋਚਿਆ ਹਾਂ 19 ਚ ਬਿਮਾਰੀ ਲੱਗੀ ਹੋਵੇ 22 ਚ ਆ ਗਏ ਆ 10% ਗਾਈਆਂ ਪੰਜਾਬ ਚ ਮਰੀਆਂ ਬਿਲਕੁਲ ਅੰਕੜੇ ਕਢਾ ਲਓ ਹੋ ਸਕਦਾ 8 ਨਿਕਲੇ ਹੁਣ ਕਿਸਾਨ ਦਾ ਦੁੱਧ ਸੁੱਕ ਗਿਆ ਗਾਈ ਗਾਈਆਂ ਦਾ ਤਾਂ ਦੁੱਧ ਦਾ ਨੁਕਸਾਨ 10% 8% ਗਾਈਆਂ ਮਰ ਜਾਣ ਉਹ ਤਾਂ ਜਿਉਂਦਾ ਜਿਉਂਦਾ ਮਰ ਗਿਆ ਸਹੀ ਸੋ ਗੱਲ ਲਿਆ ਕਿ ਹੁਣ ਵੀ ਮੈਂ ਮੈਂ ਚਾਹਾਂਗਾ ਔਰ ਆਪਣੀ ਸਰਕਾਰ ਨੂੰ ਵੀ ਕਹਾਂਗਾ ਕੀਤਾ ਇਹਨ ਚਲੋ ਹੁਣ ਕੀਤਾ ਨਹੀਂ ਕੀਤਾ ਲੇਕਿਨ ਅਗਲੀ ਵਾਰ ਨੂੰ ਕਰ ਲੋ ਅਗਲੀ ਵਾਰ ਜਿੰਨੀਆਂ ਸਾਡੇ ਕੋਲ ਗਾਈਆਂ ਹਾਂ 77 ਲੱਖ ਸਾਡੇ ਕੋਲ ਜਾਨਵਰ ਨੇ ਹੂੰ ਤੇ 77 ਲੱਖ ਜਿਨੇ ਜਿੰਨੀਆਂ ਗਾਈਆਂ ਉਹਨਾਂ ਗਾਈਆਂ ਲਈ ਗਿਣ ਕੇ 6 ਮਹੀਨੇ 6 ਮਹੀਨੇ ਦੇ ਇੰਜੈਕਸ਼ਨ ਮੰਗੋਣ ਪਰ ਸਰਕਾਰ ਨੂੰ ਲਿਖਣਾ ਹੂੰ ਕਿ ਵੀ ਗਾਈਆਂ ਦੇ ਨਾਂ ਤੇ ਆਪਾਂ ਰਾਜਨੀਤੀ ਕਰ ਸਕਦੇ ਹਾਂ ਦਾ ਇਹਨਾਂ ਮਾਵਾ ਦਾ ਧਿਆਨ ਕੇ ਰੱਖਣਾ ਆਪਾਂ ਹੀ ਰੱਖਣਾ ਨਹੀਂ ਹਾਂ ਬਿਲਕੁਲ ਇਹ ਤਾਂ ਇਹ ਸਿਆਸਤ ਵੀ ਤੇ ਵੈਸੇ ਵੀ ਇਹ ਤਾਂ ਮੈਨੂੰ ਲੱਗਦਾ ਵੀ ਪਿੰਡਾਂ 'ਚ ਬਥੇਰੇ ਘਰ ਇਹ ਜੇ ਸੀ ਜਿਹੜੇ ਪਸ਼ੂਆਂ ਦੇ ਸਿਰ ਤੇ ਹੀ ਗੁਜ਼ਾਰਾ ਕਰਦੇ ਬਿਲਕੁਲ ਗਰੀਬ ਬੰਦਾ ਉਹ ਦੇਖੋ ਦੋ ਗਾਇਆਂ ਸੀਆਂ ਇੱਕ ਮਰਗੀ ਕੀ ਕਰੇ ਜਿਹੜੀ ਬਚੀ ਮੇਰੇ ਵੀ ਇੱਕ ਦੋ ਗਾਇਆਂ ਨੂੰ ਮੈਂ ਤੁਹਾਨੂੰ ਦਿਖਾਉਂਗਾ ਕੀ ਸਾਡੇ ਸਾਡੇ ਨੁਕਸਾਨ ਕੋਈ ਨੁਕਸਾਨ ਕੋਈ ਬਹੁਤ ਬੜਾ ਨਹੀਂ ਹੋਇਆ ਲੇਕਿਨ ਹਾਲੇ ਵੀ ਤੁਸੀਂ ਆ ਦੇਖੋ ਆ ਗਾਇ ਆ ਇਹਨੂੰ ਹੋਈ ਵੀ ਆ ਆ ਦੇਖੋ ਇਹਨੂੰ ਲੰਪੀ ਸਕਿਨ ਡਿਜ਼ੀਜ਼ ਹੋਈ ਆ ਹਾਂ ਇਹਦੇ ਵੀ ਇੰਜੈਕਸ਼ਨ ਲਾਇਆ ਸੀਗਾ ਉਹਦੇ باوجود ਹੋ ਗਈ ਸਾਰਿਆਂ ਦੇ ਲਾਇਏ ਸੀ ਸਾਰਿਆਂ ਦੇ ਲਾਇਏ ਸੀ ਠੀਕ ਆ ਆ ਬੋਲਿਆ ਤੇ ਨਹੀਂ ਹੋਈ ਇਕੱਠੀਆਂ ਬਨੀਆਂ ਹਾਂ ਇਹ ਇੱਕ ਇਹਨੂੰ ਤੇ ਇੱਕ ਸਾਡੀ ਬੱਚੀ ਨੂੰ ਹਾਂ ਛੋਟੀ ਬੱਚੀ ਆ ਹਾਂ ਉਹਨੂੰ ਆ ਦੋਵਾਂ ਨੂੰ ਲੰਬੀ ਸਕੇਨ ਡਿਜ਼ੀਜ਼ ਹੁਣ ਮੇਰਾ ਸੁਝਾਅ ਇਹ ਆ ਹਮ ਕਿ ਸਾਨੂੰ ਸਾਊਥ ਅਫਰੀਕਾ ਦੇਖੋ ਇੱਥੇ ICAR ਉਹ ਕਹਿੰਦੇ ਆ ਵੀ ਅਸੀਂ ਬਣਾ ਲਿਆ ਇੰਜੈਕਸ਼ਨ ਹਮ ਯਾਰ ਉਹ ਆਪਾਂ ਹਿੱਟ ਐਂਡ ਟ੍ਰਾਇਲ ਮੈਥਡ ਨਾ ਕਰੋ ਇਜ਼ਰਾਈਲ ਵਾਲੇ ਨਾਲ ਗੱਲ ਕੀਤੀ ਇਜ਼ਰਾਈਲ ਵਾਲੇ ਕਹਿੰਦੇ ਵੀ ਅਸੀਂ ਦੁਨੀਆ ਦੇ ਸਾਰ ਨੂੰ ਹਰ ਕੰਮ ਅਸੀਂ ਕਰ ਸਕਦੇ ਆ ਹਮ ਸਾਡੇ ਕੋਲ ਕੈਪੇਬਿਲਟੀ ਆ ਲੇਕਿਨ ਹਰ ਕੰਮ ਅਸੀਂ ਆਪ ਕਰ ਆਪ ਨਹੀਂ ਕਰਦੇ ਅਸੀਂ ਕੋਵਿਡ ਦਾ ਇੰਜੈਕਸ਼ਨ ਬਣਾ ਸਕਦੇ ਸੀਗੇ ਅਸੀਂ ਕਿਉਂ ਨਹੀਂ ਬਣਾਇਆ ਅਸੀਂ ਇمپੋਰਟ ਕੀਤਾ ਹੂੰ ਤੋਂ ਅਸੀਂ ਲੰਪੀ ਸਕਿਨ ਡਿਜ਼ੀਜ਼ ਦਾ ਵੀ ਬਣਾ ਸਕਦੇ ਹਾਂ ਹੂੰ ਲੇਕਿਨ ਅਸੀਂ ਹਿੱਟਨ ਟ੍ਰਾਇਲ ਮੈਥਡ ਜੇ ਨੁਕਸਾਨ ਕਰ ਬਿਠੀ ਹੈ ਹੂੰ ਇਹ ਨਹੀਂ ਅਸੀਂ ਕੰਮ ਕਰਦੇ ਸੋ ਮੇਰੀ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਔਰ ਪੰਜਾਬ ਸਰਕਾਰ ਭਾਰ ਸਰਕਾਰ ਨੂੰ ਲਿਖੇ ਕਿ ਸਾਊਥ ਅਫਰੀਕਾ ਤੋਂ ਲੰਪੀ ਸਕਿਨ ਡਿਜ਼ੀਜ਼ ਦੇ ਇੰਜੈਕਸ਼ਨ ਮੰਗਾਓ ਔਰ ਕਿਸਾਨਾਂ ਨੂੰ ਫ੍ਰੀਚ ਦਿਓ ਇਹ ਲੱਗਣੇ ਚਾਹੀਦੇ ਸਹੀ ਹੈ ਆ ਬੋਲ ਦੇਖੋ ਜੀ ਸਾਡਾ ਇਹ ਕਿਥੋਂ ਲੈ ਇਹ ਨੂਰਮੇਲ ਵਾਲਿਆਂ ਤੋਂ ਲੈਂਦਾ ਅੱਛਾ ਤੇ ਇਹ ਸਾਈ ਵਾਲ ਦਾ ਨਾਮੀ ਬੋਲਿਆ 597 ਨੰਬਰ ਹਾਂ ਜੀ ਸੋ ਇਹ ਸਰਫਿਸ ਕਰਦਾ ਗਾਈਆਂ ਦੀ ਹਾਂ ਕਈਆਂ ਨੂੰ ਇੰਜੈਕਸ਼ਨ ਲਾਈਦੇ ਆ ਹਾਂ ਹਾਂ ਜੀ ਇਹ ਨਹੀਂ ਹੋਈ ਐ ਇੱਕ ਆ ਸਰਦਾਰ ਸ਼ੇਰਬਾਦ ਸਿੰਘ ਨੇ ਆ ਗਾਂਵੇ ਨੂੰ ਦਿੱਤੀ ਐ ਮਾਰਦੀ ਐ ਥੋੜਾ ਜਿਹਾ ਅੱਛਾ ਜੀ ਅੱਛਾ ਆ ਕਿਹੜੀ ਹੈ ਬਈ ਆਪਣੀ ਬੱਗਿਆਲੀ ਨਾ ਨੂਰ ਮੇਲੀਆਂ ਦੇ ਅੱਗੇ 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 ਚੱਲ ਗਿਆ ਥੋੜਾ ਇਹ ਜੇ ਖੜ ਕੇ ਆਪਾਂ ਡਿਟੇਲ ਚ ਗੱਲ ਜੇ ਕਿਸੇ ਸਪੈਸ਼ਲ ਪਸ਼ੂ ਤੇ ਕਰਨੀ ਆ ਆਪਾਂ ਕਰ ਲਾਂਗੇ ਆਪਣਾ ਤਾਂ ਮੇਨਟਾ ਹੀ ਆ ਨਾ ਵੀ ਆ ਜਿਹੜੀਆਂ ਸਾਡੀਆਂ ਨਾ ਜੀ ਇਹ ਗਾਈਆਂ ਸਾਡੀਆਂ ਸਾਈ ਵਾਲਾ ਸਾਈ ਵਾਲ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਕਿ ਆ ਜਾਂਦਾ ਵੀ ਆਪਣੀ ਹੀ ਆ ਸਹੀ ਕਿਸਮ ਹੈ ਜਿਹੜੀ ਬਿਲਕੁਲ ਇਹ ਪੰਜਾਬ ਸਦਨ ਪੰਜਾਬ ਦੀ ਸਾਈ ਵਾਲਾ ਇਸ ਬਰੀਡ ਨੂੰ ਸਾਨੂੰ ਬਚਾਉਣਾ ਚਾਹੀਦਾ ਔਰ ਸਰਕਾਰ ਦਾ ਵੀ ਯਤਨ ਹੈ ਲੇਕਿਨ ਬਹੁਤ ਸਾਰੇ ਫਾਰਮਰ ਆ ਜਿਹੜੇ ਬੜੇ ਇੰਟਰਸਟ ਨਾਲ ਇਹਨਾਂ ਨੂੰ ਰੱਖਦੇ ਆ ਤੇ ਮੈਂ ਤਾਂ ਇਹ ਨਵੀਆਂ ਰੱਖੀਆਂ ਚਾਰ ਸਾਲ ਤੋਂ ਇੱਕ ਕੰਮ 'ਚ ਇਹਨਾਂ ਦੀ ਬਰੀਡ ਲਿਆਂਦੀ ਆ ਫੇਰ ਵੀ ਮੇਰੇ ਕੋਲ ਤੁਸੀਂ ਦੇਖੋ ਗਿਣ ਤੁਸੀਂ ਲਿਓ ਤੇ ਮਾਲਕ ਦੀ ਕਿਰਪਾਆ ਵੱਧ ਵੀ ਰਹੀਆਂ ਨੇ ਇੱਕ ਬਹੁਤ ਵਧੀਆ ਫਾਰਮ ਤੁਹਾਨੂੰ ਮੈਂ ਵੀ ਦੱਸਾਂਗਾ ਰਾਜਸਥਾਨ ਦੇ ਵਿੱਚ 58 आरबी ਦੇ ਵਿੱਚ ਅੱਛਾ ਉਹ ਉਹਨਾਂ ਦਾ ਮੈਂ ਦੇਖਿਆ ਸਰਦਾਰ ਜੀ ਦਾ ਹਾਂ ਦੇਖਿਆ ਹਾਂ ਹਾਂ ਆ ਵੇਖੋ ਉਹ ਨੀਲੀ ਰਾਵੀ ਆ ਕੱਟੀ ਉਹ ਪਰਲੀ ਵੀ ਨੀਲੀ ਰਾਵੀ ਦੀ ਵੀ ਅੱਛਾ ਬਾਕੀ ਆ ਸਭ ਮੁਰਾ ਕੋਈ ਕਟਾ ਕੋਈ ਕੱਟੀ ਆ ਮਾਜਾ ਹਾਂ ਹਾਂਜੀ ਪਿੰਡੀ ਜੀ ਨੂੰ ਕਿਹੜੀ ਲਿਆਂਦੀ ਸੀ ਪਿੰਡੀ ਸਿੱਧੂ ਪਹਿਲਾਂ ਤਾਂ ਮਨਜੀਤ ਸਿੰਘ ਅੱਛਾ ਤੂਤਾ ਵਾਲਾ ਹਾਂ ਉਹਦੇ ਫਾਰਮ ਤੇ ਮੈਂ ਕਿਹਾ ਵੀ ਮੈਂ ਮਹਿੰਗਾ ਪਾਉਂਗਾ ਤੈਨੂੰ ਮੈਨੂੰ ਸਾਥ ਦਾ ਸੀ ਹਾਂ ਕਹਿੰਦਾ ਜਿੰਨਾ ਮਰਜ਼ੀ ਮਹਿੰਗਾ ਪੈ ਤੂੰ ਆ ਮੇਰੇ ਕੋਲ ਅੱਛਾ ਮੈਂ ਆ ਕੇ ਉਹਦੀਆਂ ਸਾਰੇ ਢੇੜੇ ਗੁੜੀ ਮਾਰੀ ਹਾਂ ਤਾਂ ਮੈਂ ਕਿਹਾ ਯਾਰ ਮੈਨੂੰ ਤੂੰ ਕਹਿੰਦਾ ਆ ਜੀ ਆ ਇਹਨੇ ਪਿਛਲੇ ਸਾਲ ਪਹਿਲੇ ਸਵੇਰੇ 16 ਕਿਲੋ ਦੁੱਧ ਦਿੱਤਾ ਹਾਂ ਕਿ ਇੱਕ ਬਜ਼ੁਰਗ ਸੀਗੀ ਵੱਡੀ ਉਮਰ ਦੀ ਮਾਝੇ ਹਾਂ ਕਹਿੰਦਾ ਬਰੀਡਿੰਗ ਕਰਨੀ ਤਾਂ ਉਹ ਲੈ ਜਾਓ ਠੀਕ ਹੈ ਮੈਂ ਕਿਹਾ ਤੁਸੀਂ ਮੈਨੂੰ ਇਹ ਹੀ ਦੇ ਦਿਓ ਹਾਂ ਉਹਨੇ ਕਿਹਾ ਵੀ ਪਿਛਲੇ ਸਾਲ ਮੈਂ ਇਹਨੇ ਪੈਸੇ ਨਹੀਂ ਦਿੱਤੇ ਨੇ ਇਦੋਂ ਇਹਨੇ ਘੱਟ ਦੇ ਕੇ ਲੈ ਜਾਓ ਮੈਂ ਨਾ ਪੂਰੇ ਪੈਸੇ ਲੈ ਭਾਈ ਹਾਂ ਆ ਜਿਹੜੀ ਆ ਮੈਂ ਉਧਰੋਂ ਚਲਦੇ ਆਪਾਂ ਪਹਿਲਾਂ ਪਿੰਦੀ ਸਿੱਧੂ ਵਾਲੀ ਤੁਹਾਨੂੰ ਦਿਖਾਉਣਾ ਮੈਂ ਮਾਝੇ ਉਹ ਮੇਰਾ ਆੜੀ ਆ ਮੜ ਕੇ ਅਗਲਾ ਮੈਨੂੰ ਲੰਬੇ ਦੇਈ ਆ ਆ ਪਿੰਦੀ ਨਹੀਂ ਅਮਾਨੀ ਉਹ ਖੁਸ਼ੀ ਨਾ ਦਿੰਦੀ ਹੈ ਮੈਂ ਅੱਛਾ ਪਿੰਦੀ ਸਿੱਧੂ ਨੇ ਆ ਆ ਅਠਵੇਂ ਸੂਏ ਹਾਂ ਇਹਨੇ ਕੱਟੀ ਦਿੱਤੀ ਤਰਨਾਟ ਦੀ ਠੀਕ ਹੈ ਜੀ ਉਦੋਂ ਪਹਿਲਾਂ ਇਹਦੀ ਕੱਟੀ ਜਿਹੜੀ ਉਹ ਆ ਉਹ ਨੋਵਾ ਦੀ ਆ ਹਾਂ ਹਾਂ ਜੀ ਉਹ ਦਿਖਾਉਣੇ ਤੁਹਾਨੂੰ ਆ ਆ ਜਨੀਆ ਬੱਜਾ ਮੇਰੀਆਂ ਅੱਛਾ ਆ ਝੋਟਾ ਹੈ ਹਾਂ ਹੈ ਇਹ ਝੋਟਾ ਜਿਹੜਾ ਆ ਇਹ ਨਾਮੀ ਝੋਟਾ ਮਨਜੀਤ ਸਿੰਘ ਤੂਰ ਦਾ ਇਹਨੂੰ ਤਿੰਨ ਪੈਰਾਂ ਵਾਲਾ ਕਹਿੰਦੇ ਆ ਠੀਕ ਹੈ ਬੜਾ ਮਸ਼ਹੂਰ ਹੈ ਤਿੰਨ ਪੈਰਾਂ ਵਾਲੇ ਨੋ ਤੇ ਸੋ ਮਨਜੀਤ ਸਿੰਘ ਨੇ ਪੈਸੇ ਉਹਦੇ ਲੱਗੇ ਆ ਹਾਂ ਇਹ ਫਾਰਮ ਤੇ ਮੇਰੇ ਬਚ ਗਏ ਬਨ ਗਿਆ ਠੀਕ ਹੈ ਕਹਿੰਦਾ ਜਦੋਂ ਟੀਕੇ ਬਣਾਉਣੇ ਹੋਣਗੇ ਇੱਥੇ ਆ ਕੇ ਬਣਾ ਲਿਆ ਕਰਾਂਗੇ ਮੈਂ ਵੀ ਠੀਕ ਹੈ ਇਹ ਵੀ ਕੰਮ ਠੀਕ ਹੈ ਪ੍ਰਭੂ ਥੋੜਾ ਜਾ ਥੋੜਾ ਜਾ ਕੱਟੇ ਤੋਂ ਪਾਸੇ ਇਹਨੂੰ ਇਹਨੂੰ ਨੱਥ ਨੱਥ ਚੱਕ ਕੇ ਦਿਖਾ ਮੰਜੀ ਸਿਆ ਤੂੰ ਮੰਜੀਤ ਨੂੰ ਦਿਖਾਉਂਦੇ ਸਹੀ ਹੈ ਆਹ ਜੀ ਇਹ ਮੰਜੀਤ ਆ ਤੇ ਇਹ ਤਿੰਨਾ ਪੈਰਾਂ ਵਾਲਾ ਦੋਵੇਂ ਇਕੱਠੇ ਆ ਇਹਨੂੰ ਚੇਚੇ ਤੌਰ ਤੇ ਮੈਂ ਬੁਲਾਇਆ ਮੈਂ ਕਿਹਾ ਤੁਸੀਂ ਆਉਣਾ ਇਹਨੂੰ ਇੱਥੇ ਬੁਲਾਈਏ ਵੇ ਸਹੀ ਗੱਲਾਂ ਫਿਰੋਜ਼ਪੁਰ ਤੋਂ ਨਹੀਂ ਆ ਆ ਵੇਖੋ ਹਾਂ ਉਹ ਮੱਝ ਵੇਖੋ ਤਿਰਸ਼ੇ ਚੀਰ ਵਾਲੀ ਹੂੰ ਇਹ ਦੂਜੇ ਸੂਏ ਅੱਜ ਹਲੇ ਥੋੜੇ ਦਿਨ ਹੋਏ ਸੂਏ 16 ਕਿਲੋ ਦੇਰੀ ਆ ਇਹ ਮੈਂ ਕਿਹਾ 18-19 ਤੇ ਪਹੁੰਚੂਗੀ ਆ ਮੱਝ ਵੇਖੋ ਮੇਰੇ ਭਾਈ ਨੂੰ ਉਹ ਸ਼ੌਂਕ ਹੈ ਪੂਰੀ ਮੱਝ ਰੱਖਣੀ ਹੈ ਅੱਛਾ ਪਾਉਂਦੇ ਆਪਣੇ ਰਵਾਇਆਂ ਚੋਂ ਵੀ ਆ ਹਾਂ ਉਹ ਪੂਰੀਆਂ ਚੁੰਗਣ ਦੀ ਤਾਂ ਬਦੀ ਉਮਰ ਨਹੀਂ ਰਹੀ ਹਾਂ ਲੇਕਿਨ ਪੂਰੀ ਮੱਝ ਰੱਖਣ ਦਾ ਸ਼ੌਂਕ ਆ ਹੁਣੇ ਗੱਭਣ ਹੋ ਗਈ ਹੁਣ ਮੈਂ ਉਹਦੇ ਕੋਲ ਪੇਜ ਜੇ ਆਈ ਰਹਿਦੀ ਰਹੀ ਆਪਣੀ ਕੋਈ ਗੱਲ ਨਹੀਂ ਆਉਣੀ ਇਹਨੂੰ ਥੋੜਾ ਜਿਹਾ ਪਰੇ ਕਰ ਦੋ ਉਹ ਯਾਰ ਕੱਟੇ ਨਾ ਕੋਈ ਹੈਲੋ ਹੈਲੋ ਉਹ ਮੁੰਡੇ ਨੂੰ ਕੱਟਾ ਖੋਲ ਕੇ ਬਾਹਰ ਜਾਵੇ ਆ ਕਿੱਥੋਂ ਨੇ ਅੰਦਰ ਰਾਣਾ ਸਾਹਿਬ ਇਹ ਵੀ ਸਦਾ ਮਨਜੀਤ ਸਿੰਘ ਤੂਤਾਲੇ ਠੀਕ ਹੈ ਤੂੰ ਇਹ ਮੱਝ ਦਾ ਚੀਰ ਵੇਖੋ ਹਾਂ ਮਨਜੀਤ ਕਰੀ ਇਧਰ ਮੂੰਹ ਇਹਦਾ ਤੇਰ ਛਾਚੀ ਮੈਨੂੰ ਇੱਕ ਗੱਲ ਪਤਾ ਵੀ ਬਹੁਤ ਲੋਕਾਂ ਨੂੰ ਸ਼ਾਇਦ ਇਹ ਗੱਲ ਬੋਰਿੰਗ ਲੱਗ ਸਕਦੀ ਹੈ ਹਸਤਾ ਪਿੰਡਾਂ ਵਾਲਿਆਂ ਭਰਾਵਾ ਹਸਤਾ ਸਾਰਾ ਦਿਨ ਵੀ ਆ ਚੀਜ਼ਾਂ ਕਰੀ ਅੱਗੇ ਸਾਡਾ ਨਹੀਂ ਜੀ ਆਖਦਾ ਪਸ਼ੂ ਦੇਖਣ ਤੋਂ ਆ ਵੇਖੋ ਹੂੰ ਤੇらっしゃ ਚੀਰਿਆ ਸਹੀ ਹੈ ਇਹ ਇਹ ਰੇਅਰ ਬਰੀਡ ਹੈ ਹੂੰ ਇਹ ਜੇ ਆਪਾਂ ਗੱਲ ਕਰੀਏ ਨਾ ਨੀਲੀ 라ਵੀ ਦੀ ਹਾਂ ਨੀਲੀ 라ਵੀ ਸਾਡੀ ਪੰਜਾਬ ਦੀ ਹਾਂ ਤੇ ਮੁਰਰਾ ਜਿਹੜੀ ਆ ਇਹ ਸਦਨ ਪੰਜਾਬ ਔਰ ਹਰਿਆਣੇ ਦੀ ਬਰੀਡ ਹੈ ਠੀਕ ਹੈ ਸਾਂਝੇ ਪੰਜਾਬ ਚ ਹੂੰ ਹੂੰ ਤੇ ਜਿਹੜੀ ਸਾਡੀ ਸਾਈ ਵਾਲ ਆ ਹੂੰ ਸਾਈ ਵਾਲ ਵੀ ਸਦਨ ਪੰਜਾਬ ਦੀ ਜਾਂ ਫਿਰ ਪਾਕਿਸਤਾਨ ਚ ਬਹੁਤ ਸੀ ਹੂੰ ਅਰਪਾਰਕਰ ਜਿਹੜੀ ਹੈ ਰਾਜਸਥਾਨ ਦੀ ਆ ਮੈਂ ਉਧਰ ਵੀ ਲੈ ਕੇ ਚੱਲਦਾ ਤੁਹਾਨੂੰ ਆਪਣੇ ਕੋ ਸਾਰੀਆਂ ਆਪਾਂ ਇਹ ਪਿਆਰ ਨਾਲ ਸ਼ੌਕ ਨਾਲ ਜੇ ਇਹਨਾਂ ਦਾ ਦੁੱਧ ਦੇਖੀ ਕੀ ਭਾ ਪੈਂਦਾ ਤਾਂ ਦੁਬਾਰਾ ਨਹੀਂ ਖਾਂਦਾ ਹਾਂਜੀ ਜੇ ਪ੍ਰਭੂ ਕਹਿੰਦਾ ਤਿੰਨ ਬੰਦੇ ਰੱਖਣੇ ਮੈਂ ਕਿਹਾ ਤਿੰਨ ਰਖ ਲਾ ਕਿਸ ਦਿਨ ਕਹਿੰਦਾ ਵੀ ਮੈਂ ਚਾਰ ਕਰ ਦੇ ਮੈਂ ਚਾਰ ਕਰ ਲਾ ਹੂੰ ਤੂੰ ਪਾਲ ਇਹਨਾਂ ਨੂੰ ਦੇਖੋ ਪਿੰਦੀ ਸਿਦੂ ਵੀ ਮੰਨਣਗੇ ਇਸ ਗੱਲ ਨੂੰ ਕਿ ਵੀ ਅਸੀਂ ਆਪਣੇ ਮਨਜੀਸਿਓ ਵੀ ਮੰਨੂਗਾ ਕਿ ਵੀ ਮੱਝਾਂ ਨੂੰ ਅਸੀਂ ਬੜੇ ਸ਼ੌਕ ਉਰ ਪਿਆਰ ਨਾਲ ਪਾਲੀਦਾ ਉਹ ਤਾਂ ਹਾਲਤੀ ਦਸੀ ਜਾਂਦੀ ਹੈ ਜੀ ਆਪਾਂ ਵੀ ਹੁਣ ਆ ਬੱਛਾ ਸੁ ਰੱਖਦੀ ਆ ਉਹ ਬੱਲੇ ਤੂੰ ਖਾ ਗਿਆ ਮੇਰਾ ਗੁਰਦਾ ਖਾ ਗਿਆ ਚਿੱਟਾ ਗੁਰਦਾ ਪਿਆਮਾ ਕੋਈ ਨਹੀਂ ਤੇ ਵਹ ਆਪਣੇ ਤੇ ਸਮਾਨਤਾ ਹੈ ਆਏ ਹਾਏ ਆਪਾਂ ਗੁਰਦਾ ਪਿਆਮਾ ਇੱਕ ਥਾਂ ਤੋਂ ਸਵਾਉਣੇ ਆ ਪ੍ਰਿੰਸ ਤੋਂ ਆਪਣੀ ਹਾਦਸਤ ਵੀ ਮਿਲਦੀ ਹੈ ਜਟਵਾਦ ਉਹ ਵੀ ਨਹੀਂ ਉਹ ਕੋਈ ਬਾਦ ਕੋਈ ਨਹੀਂ ਬਟ ਸੋਚ ਹੈ ਪਿੰਡੂ ਸੋਚ ਹਾਂ ਪਿੰਡੂ ਸੋਚ ਨੇ ਆਪਾਂ ਵੇਚਾਂ ਦੀ ਗੱਲ ਰਵਾ ਦਿੱਲੀ ਰਵਾ ਹੈ ਤਾਂ ਮੈਂ ਪਿੰਡਾਂ ਜਮੇ ਪੜਿਆ ਇੱਕ ਇੱਕ ਅਸੀਰੀ ਗੱਲ ਕਰਦੇ ਆ ਇੱਕ ਹੋਰ ਵੀ ਸਮਾਨ ਦਾ ਆਪਾਂ ਦੋਨੇ ਪ੍ਰਿੰਸ ਨੂੰ ਟਾਈਮੇ ਪੈਸੇ ਵੀ ਟਾਈਮ ਤੇ ਦੇ ਦਿੰਨੇ ਸਵਾਗੇ ਚੱਲ ਚਲੋ ਠੀਕ ਆ ਆ ਆ ਇੱਥੋਂ ਕੈਮਰਾ ਮਾਰ ਲਓ ਆ ਸਾਰੀਆਂ ਲਾਲ ਰੰਗ ਦੀਆਂ ਜਿਹੜੀਆਂ ਬੱਚੀਆਂ ਇਹ ਗਾਈਆਂ ਇੱਧਰ ਸੱਜੇ ਖੱਬੇ ਹਾਂ ਇਹ ਸਾਈ ਵਾਲ ਨੇ ਆ ਜਿਹੜੀਆਂ ਚਿੱਟੀਆਂ ਇਹ ਸਾਰੀਆਂ ਦੀ ਸਾਰੀਆਂ ਥਾਰ ਪਾਰਕਰ ਨੇ ਆ ਦੋਵੇਂ ਅਰਜਨ ਬੜਾ ਨਾਮੀ ਬੁੱਲ ਹੋਇਆ ਮੇਰੇ ਲਈ ਥਾਰ ਪਾਰਕਰ ਥੋੜੀ ਨਵੀਂ ਸੀ ਇਹ ਆ ਦੇਖਣੀ ਕਿਉਂਕਿ ਬਾਕੀ ਤਾਂ ਕਿਤੇ ਹੋਰ ਜਿਵੇਂ ਹਾਂ ਆ ਤਿੰਨਾਂ ਥਰਣਾ ਦੀ ਸੀ ਹਾਂ ਔਰ ਗੱਬਨ ਸੀ 72000 ਚ ਲੈ ਕੇ ਆ ਨਾ ਠੀਕ ਹੈ ਇਹਨੇ ਆਉਂਦੇ ਹੀ ਆ ਵਾਲੀ ਸੈਂਟਰ ਚ ਜਿਹੜੀ ਹੈ ਹਾਂ ਇਹ ਇਹਨੂੰ ਜਰਮ ਦਿੱਤਾ ਹਾਂ ਅਰਜਨ ਤੋਂ ਗੱਬਨ ਸੀ ਕੀ ਅਰਜਨ ਦੀ ਧੀ ਆ ਇਹ ਸੂਰਤਗੜ ਫਾਰਮ ਤੋਂ ਆਕਸ਼ਨ ਚ ਆਈ ਸੀ ਜੇ ਮਨ ਨਵਦੀਪ ਮੁੰਡਾ ਭਾਗੇ ਪੁਰਾਣੇ ਲੱਗੇ ਉਹ ਲੈ ਕੇ ਆਇਆ ਸੀਗਾ ਅੱਛਾ ਫੇਰ ਸਹੀ 13ਵੇਂ ਮਹੀਨੇ ਉਹ ਦੂਜੀ ਵਾਲੀ ਨੂੰ ਜਨਮ ਦਿੱਤਾ ਫੇਰ ਉਹਦੇ 13 ਮਹੀਨੇ ਬਾਅਦ ਫੇਰ ਇੱਕ ਨੂੰ ਜਨਮ ਦਿੱਤਾ ਉਹ ਵੀ ਅਰਜੰਤੀ ਧੀ ਸੀ ਪਰ ਲੇਕਿਨ ਉਹ ਮਰ ਗਈ ਤੇ ਬਰਦ ਹੋ ਗਈ ਤਿੰਨਾਂ ਥਣਾਂ ਦੀ ਆਈ ਸੀ ਹੁਣ ਇਹਦੇ ਕੋ ਥਾਣੇ ਕਿਆ ਹੱਲੇ ਵੀ ਸਿਹਤ ਖਰਾਬ ਹੈ ਥੋੜੀ ਜਿਹੀ ਹੋਰ ਇਹਦੀ ਸਿਹਤ ਠੀਕ ਹੋਈ ਫੇਰ ਜੇ ਹੀਟ ਚੈਇਤਨ ਗੱਭਣ ਕਰਾਵਾਂਗੇ ਚੰਗੇ ਬੁੱਲ ਤੋਂ ਉਹ ਮੈਂ ਲੱਭ ਲਿਆ ਇੱਕ ਬਹੁਤ ਅੱਛਾ ਬੋਲਿਆ ਸੈਕ ਦੇ ਕੋਲ ਉਸ ਬੋਲਣਾ ਨੂੰ ਗੱਬਨ ਕਰਾਉਣਾ ਤੇ ਕਰਮਾਂ ਵਾਲੀ ਹੈ ਜਿਹਨੇ ਕਰਮ ਦੋ ਤਿੰਨ ਦੇਖੋ ਅੱਛਾ ਜਿੱਦਾਂ ਪਿੰਦੀ ਸਿੱਧੂ ਦੇ ਵਾਲੀ ਹੈ ਨਾ ਮੱਝ ਨੀਲੀ ਰਾਬੀ ਹਾਂ ਕਿ ਉਹ ਕਟੀਆਂ ਹੀ ਦਿੰਦੀ ਆ ਹਾਂ ਇਹ ਬੱਛੀਆਂ ਹੀ ਦਿੰਦੀ ਆ ਅੱਛਾ ਸਹੀ ਆ ਇਹਦਾ ਹਾਂ ਪਿੰਦੀ ਸਿੱਧੂ ਕਹਿੰਦਾ ਅੱਜ ਤੱਕ ਕਟਾਉ ਨਹੀਂ ਦਿੱਤਾ ਹੀ ਨਹੀਂ ਮੈਂ ਮਰ ਗਿਆ ਕਿ ਮੈਨੂੰ ਭੁੱਲ ਚਾਹੀਦਾ ਤੇ ਭੁੱਲ ਨਹੀਂ ਆਇਆ ਉਹ ਵੀ ਉਹ ਵੀ ਕਮਾਲ ਆ ਆ ਸਾਰਾ ਦਿਨ ਜਦੋਂ ਮੈਂ ਜਾਣਾ ਨਾ ਉਹਦੇ ਕੋਲੇ ਮਤਲਬ ਤੜਕੇ ਤੋਂ ਲੈ ਕੇ ਆਥਨ ਤੱਕ ਉਹ ਬੰਦਾ ਬਾ ਪਸ਼ੂਆਂ ਚਾਹੇ ਦੇਖਣ ਤੇ ਆ ਵੀ ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਕੀ ਕਾਸਾ ਕੁੱਤਿਆਂ ਚ ਵੀ ਉਹਦਾ ਬਹੁਤ ਨਾ ਹਾਂ ਚੰਗਾ ਮਤਲਬ ਮਿਹਨਤੀ ਬਹੁਤ ਬੇਹੰਤੀ ਬੰਦਿਆਂ ਜੋ ਦੜਾਉਂਦਾ ਉਹ ਕੋਈ ਨਹੀਂ ਕੋਈ ਨਹੀਂ ਕੇਰਾ ਦਾ ਇਹ ਫਿਰ ਉਹਨੂੰ ਇਹਨਾਂ ਨੇ ਕਰਨੀ ਇਨਾਕ ਤਾਂ ਕਰਨੀ ਹੀ ਕਰਨਾ ਹੀ ਹੁੰਦਾ ਫਿਰ ਇਹ ਤਾਂ ਆ ਸਾਰੀਆਂ ਛੋਟੀਆਂ ਕੱਟੇ ਕਟੀਆਂ ਬੱਚੇ ਬੱਚੀਆਂ ਹਾਂ ਹਾਂਜੀ ਸਹੀ ਐ ਉੱਜੋਂਦਾ ਰਹਿ ਆ ਐ ਸਮਝਨੇ ਮੇਰੀ ਨੇ ਹੂੰ ਪਹਿਲੇ ਸੂਏ ਹੂੰ 17 ਲੀਟਰ ਦੁੱਧ ਦਿੱਤਾ ਆ 989 ਆ ਪਿੱਛੇ ਹੈ ਜੋ ਉਹ 99 ਉਹ ਵਾਲੀ ਨੇ 99 ਨੰਬਰ ਠੀਕ ਹੈ ਜੀ ਤੇ ਆ ਸਾਰੀਆਂ ਹੋ ਗਈਆਂ ਸਹੀ ਹਾਲ ਸਹੀ ਹਾਲ ਹੋ ਗਈਆਂ ਉਹ ਬੱਚੇ ਹੋ ਗਏ ਇਹਨਾਂ ਦੇ ਹਾਂ ਚਲੋ ਆਪਾਂ ਹੁਣ ਬਾਹਰ ਨਿਕਲ ਕੇ ਇਹਨਾਂ ਦੀ ਹੋਰ ਡਿਟੇਲ ਚ ਗੱਲ ਕਰਦੇ ਆਂ ਓਵਰ ਆਲ ਜਿਵੇਂ ਪਸ਼ੂਆਂ ਦੀ ਐ ਸਾਮ ਸੰਭਾਲ ਨੂੰ ਲੈ ਕੇ ਆ ਜਾਂ ਗੱਲ ਆ ਕਿੱਥੇ ਆਮ ਮਤਲਬ ਜੇਕਰ ਮੰਨ ਲਓ ਮੈਂ ਪਾਲਦਾ ਘਰੇ ਕੀ ਕਮੀ ਰਹਿ ਜਾਂਦੀ ਆ ਉੱਥੇ ਦੇਖੋ ਜਿਹੜਾ ਤਾਂ ਜਿਹੜਾ ਤਾਂ ਆਪਾਂ ਜੇ ਆਪਾਂ ਗੱਲ ਕਰੀ ਜੋ ਮੈਂ ਕਰ ਰਿਹਾ ਹਾਂ ਇਹ ਪ੍ਰੋਫਿਟੇਬਲ ਵੈਂਚਰ ਨਹੀਂ ਆ ਠੀਕ ਆ ਪੰਜਾਬ ਦੀ ਇਕਨੋਮੀ ਦੀ ਗੱਲ ਕਰੀਏ ਮਿਲਕ ਇਕਨੋਮੀ ਦੀ ਸਾਨੂੰ ਉਹ ਗੱਲ ਕਰਨੀ ਚਾਹੀਦੀ ਆ ਤੇ ਬਰੀਡ ਸਾਂਭਣ ਵਾਲੀ ਗੱਲ ਕਰ ਰਿਹਾ ਮੈਂ ਨਹੀਂ ਪਰ ਇਹਦੇ ਨਾਲ ਬਰੀਡ ਸੋਧੀ ਤਾਂ ਜਾਂਦੀ ਆ ਬਰੀਡ ਤਾਂ ਸਾਡੀ ਇਹ ਦੁੱਧ ਜ਼ਿਆਦਾ ਨਹੀਂ ਨਾ ਦਿੰਦੀ لیکن ਜਦੋਂ ਉਹ ਪੰਡੇਰੀ ਫਾਰਮ ਦੀ ਗੱਲ ਕਰਦੇ ਉੱਥੇ ਇਕਨੋਮਿਕਸ ਦੀ ਗੱਲ ਆਉਂਦੀ ਆ ਇਕਨੋਮਿਕਸ ਦੀ ਜਦੋਂ ਗੱਲ ਆਉਂਦੀ ਆ ਤੇ ਇੱਕ ਯਤਨ ਬਾਦਲ ਸਾਹਿਬ ਨੇ ਕੀਤਾ ਸੀ ਹਮ ਉਹਨਾਂ ਦੀ ਸਰਕਾਰ ਨੇ ਬ੍ਰਾਜ਼ਿਲ ਤੋਂ ਹਮ ਗਿਰ ਗਰ ਲੈਂਡੋ ਹਾਂ ਦੋ ਦੋ ਬੁੱਲਸ ਦਾ ਸੀਮਨ ਲੈਂਦਾ ਹਮ ਔਰ ਉਹ ਸਾਡੇ ਬੁਰਾਈ ਤੇ ਨਹੀਂ ਕਰਨੀ ਚਾਹੀਦੀ ਲਗਦਾ ਜਿਹੜੀ ਅਸਲੀਆ ਲੈ ਤਾਂ ਦਾ ਹਮ ਫਾਰਮਰ ਨੂੰ ਬੜੇ ਸਸਤੇ ਰੇਟ ਤੇ ਵੀ ਦੇ ਦਿੱਤਾ ਹਮ ਦੇ ਘਨਸ ਪਿਓ ਦੇ ਪੁੱਤਾਂ ਕੋ ਰਿਕਾਰਡ ਹੀ ਨਹੀਂ ਵੀ ਕਿਹੜੇ ਕੇ ਨੂੰ ਦਿੱਤਾ ਸੀਗਾ ਤੇ ਉਹਦੀ ਬੱਚਾ ਬੱਚੀ ਕਿੱਥੇ ਆ ਹਾਂ ਜਿਹੜੇ ਤਾਂ ਸਭ ਤੋਂ ਜ਼ਰੂਰੀ ਲੱਖਾਂ ਰੁਪਏ ਜਾਂ ਕਰੋਨਾ ਵੀ ਕਹਿ ਸਕਦੇ ਆ ਆਪਾਂ ਖਰਚ ਕੀਤੇ ਸਰਕਾਰ ਨੇ ਸਰਕਾਰ ਨੇ ਮਾੜਾ ਕੰਮ ਨਹੀਂ ਕੀਤਾ ਹਾਂ ਜਿਹੜੇ ਟੌਪ ਦੇ ਅਫਸਰ ਗਲਤੀ ਕਿਸੇ ਨਾ ਕਿਸੇ ਤੋਂ ਹੁੰਦਾ ਹੋਈ ਹੈ ਮੈਂ ਰਿਕਾਰਡ ਉਹਨਾਂ ਤੋਂ ਮੰਗਦਾ ਤਾਂ ਮੈਨੂੰ ਰਿਕਾਰਡ ਨਹੀਂ ਦਿੰਦੇ ਕਹਿੰਦੇ ਹੈ ਨਹੀਂ ਹੁਣ ਕੁਛ ਇੰਜੈਕਸ਼ਨ ਮੇਰੇ ਹੱਥ ਰਕੇ ਆ ਅੱਛਾ 50 60 ਬੜਾ ਮਹਿੰਗਾ ਇੰਜੈਕਸ਼ਨ ਹੈ ਹਾਂ ਤੇ ਉਹ ਮੈਂ ਦੋਆ ਤਿੰਨਾ ਹਾਂ ਆਪਣੇ ਜਿਹੜੇ ਚੰਗੇ ਫਾਰਮਰ ਹੈ ਸਾਡੇ ਵੀਰਾ ਸੁਖਿਆ ਨੰਗਲ ਇੱਕ ਦੋ ਹੋਰ ਨੇ ਪ੍ਰੇਮੀ ਜੱਗਾ ਬਰੀਡਰ ਹੈ ਇੱਕ ਸਾਡਾ ਭਲਾਈਪੁਰਿਆ ਉਹਨੂੰ ਦਿੱਤੇ ਉਹ ਗਾਇਆਂ ਚ ਆਪਣੀ ਹੋਲਸਟਨ ਫ੍ਰੀਜ਼ਰ ਦੇ ਵਿੱਚ ਐਚਐਫ ਦੇ ਵਿੱਚ ਉਹ ਗਿਰਲੈਂਡੋ ਰੱਖਣਗੇ ਤੇ ਉਹ ਜਿਹੜੀ ਅਗਲੀ ਉਹਨਾਂ ਦੀ ਜਿੱਦੀ ਗਾਇਆਂ ਉਹ ਇੱਕ ਤਾਂ ਬਿਮਾਰ ਕੱਟ ਹੋਣ ਗਿਆ ਐਚਐਫ ਤੇ ਤੀਜੇ ਸੂਏ ਤੋਂ ਬਾਅਦ ਬੇਕਾਰ ਹੋ ਜਾਂਦੀ ਹੈ ਬਿਲਕੁਲ ਹਾਂਜੀ ਔਰ ਅਗਰ ਤੁਸੀਂ ਬ੍ਰਾਜ਼ਿਲ ਦੀ ਗੱਲ ਕਰੋ ਤਾਂ ਉਹਨਾਂ ਦੀਆਂ ਸੂਏ ਉਹ 10 10 12 12 15 15 ਸੂਏ ਲੈਂਦੇ ਆ ਹਾਂ ਤੇ ਇਹ ਸਾਡੇ ਵੀ ਹੁਣ ਸੜਕਾਂ ਦੇ ਉੱਤੇ ਗਾਈਆਂ ਕਿਉਂ ਆ ਹਾਂ ਕਿਉਂਕਿ ਤੀਜੇ ਸੂਏ ਜਾਂ ਚੌਥੇ ਸੂਏ ਜਾ ਕੇ ਗਾਂ ਬਿਕਾਰ ਹੋ ਜਾਂਦੀ ਆ ਜੇ ਤੀਜੇ ਸੂਏ ਚੌਥੇ ਸੂਏ ਜਾ ਕੇ ਗਾਂ ਬਿਕਾਰ ਹੋ ਗਈ ਤੇ ਇੱਕ ਤੇ ਇਕਨੋਮਿਕਸ ਨਹੀਂ ਬੈਠਦੀ ਫਾਰਮਰ ਦੀ ਹੂੰ ਦੂਜਾ ਉਹਨੇ ਘਰ ਹਰ ਬੰਦਾ ਘਰ ਚ ਪੱਠੇ ਨਾ ਦੁੱਧ ਦੇਣ ਵਾਲੀ ਨੂੰ ਨਹੀਂ ਪਾ ਸਕਦਾ ਹੁਣ ਸੜਕ ਤੇ ਛੱਡ ਦਿੰਦਾ ਤੇ ਨੁਕਸਾਨ ਕਿਹਦਾ ਨੁਕਸਾਨ ਫਾਰਮਰ ਦਾ ਨੁਕਸਾਨ ਜਨਤਾ ਦਾ ਐਕਸੀਡੈਂਟ ਹੁੰਦੇ ਆ ਆਪਾਂ ਗਾਇਆਂ ਦੇ ਤੇ ਬਹਿਸ ਬੜੀ ਵਾਰ ਕੀਤੀ ਉਹ ਤੇ ਵਿਧਾਨ ਸਭਾ ਦੇ ਵਿੱਚ ਲੇਕਿਨ ਉਹਨੂੰ ਗੱਲ ਕਰੀਏ ਕਿ ਸੈਕਸੀਮਨ ਹੋਣਾ ਚਾਹੀਦਾ ਇਹ ਸੈਕਸੀਮਨ ਹੋਵੇ ਸੈਕਸੀਮਨ ਲਈ ਪੈਸੇ ਆਇਆ ਨੂੰ ਦੇਖੋ ਮੈਂ ਹੁਣ ਰਿਕਾਰਡ کہہ ਰਿਹਾ ਕੈਮਰੇ ਦੇ ਸਾਹਮਣੇ کہہ ਰਿਹਾ ਕਿ ਸਾਨੂੰ ਮਤਲਬ 20-30 ਕਰੋੜ ਰੁਪਇਆ ਆ ਕੇ ਇੱਥੇ ਪਿਆ ਸ਼ਾਇਦ ਵਾਪਸ ਚਲੇ ਗਿਆ ਹੋਊਗਾ ਲੇਕਿਨ ਸਾਡੇ ਪਿਓ ਦੇ ਪੁੱਤਾਂ ਨੇ ਉਹ ਲਾਇਆ ਹੀ ਨਹੀਂ ਸੈਕਸੀਮਨ ਉਹ ਜਿਹੜਾ ਆਪਣਾ ਆਇਆ ਨਾ ਨੀਲੀ ਰਾਵੀ ਪ੍ਰੋਜੈਕਟ ਹਾਂ ਭਾਰਤ ਸਰਕਾਰ ਨੇ ਨੀਵੀ ਨੀਲੀ ਰਾਵੀ ਪ੍ਰੋਜੈਕਟ ਦੇ ਵਿੱਚ ਸੈਕਸੀਮਨ ਭੇਜਿਆ ਕਿ ਉਧਰ ਜੋ ਸੈਗਰੀਗੇਟ ਕਰੋ ਬੁੱਲ ਤਾਂ ਥੋੜੇ ਚਾਹੀਦੇ ਆ ਹਾਂ ਤੇ ਜਿਹੜਾ ਜਿਹੜਾ ਜਮੇ ਉਹ ਕੱਟੀ ਜਮੇ ਠੀਕ ਹੈ ਇਸੇ ਤਰ੍ਹਾਂ ਗਾਈਆਂ ਦੇ ਵਿੱਚ ਗਾਈਆਂ ਸੈਕਸੀਮਨ ਆਉਂਦਾ ਐਚ ਐਫ ਦੇ ਵਿੱਚ ਲੇਕਿਨ ਆ ਜਿਹੜੀਆਂ ਸਾਈ ਵਾਲਿਆ ਇਹਦੇ ਵਿੱਚ ਏ ਬੀ ਏ ਬੀ ਐਸ ਵਾਲੇ ਕਰਦੇ ਆ ਤੇ ਇਹ ਸਖਸੀਮੰਦੀ ਗੱਲ ਹੋਣੀ ਚਾਹੀਦੀ ਆ ਮੱਝਾਂ ਚ ਵੀ ਹੋਣੀ ਚਾਹੀਦੀ ਆ ਨੀਲੀ ਰਾਵੀ ਦਾ ਪ੍ਰੋਜੈਕਟ ਸ਼ਾਇਦ ਮੇਰਖਾ ਨਾਲ ਪੈਸੇ ਵਾਪਸ ਚਲੇ ਗਏ ਹੋਣਗੇ ਕਿਸੇ ਕਿਸੇ ਨੇ ਗੌਰ ਹੀ ਨਹੀਂ ਕੀਤਾ ਇਹ ਲੇਕਿਨ ਰਿਸਪੌਂਸਿਬਿਲਟੀ ਫਿਕਸ ਜ਼ਰੂਰ ਕਰਨੀ ਚਾਹੀਦੀ ਆ ਚਾਹੇ ਉਹ ਮੰਤਰੀ ਹੋਵੇ ਚਾਹੇ ਉਹ ਡਾਇਰੈਕਟਰ ਆ ਹੋਵੇ ਜਿਹੜੇ ਜਿਹੜੇ ਜ਼ਿੰਮੇਵਾਰ ਸੈਕਟਰੀਆਂ ਦੀ ਵੀ ਕਿ ਭਾਈ ਇਹ ਖਰਚ ਕਿਉਂ ਨਹੀਂ ਕੀਤੇ ਪੈਸੇ ਤੁਸੀਂ ਤੇ ਰਾਫਟ ਕਰ ਲੋ ਆਰਟੀਆ ਮੰਗਰੋ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਕਿਉਂਕਿ ਪਸ਼ੂਆਂ ਦੀ ਗੱਲ ਅੱਜ ਤਾਂ ਵੀ ਇੱਕ ਅਖਰੀ ਮੈਂ ਆਪਦੀ ਵੀ ਤੁਹਾਨੂੰ ਗੱਲ ਸੁਣਾ ਦਿੰਨਾ ਕਿ ਜਦੋਂ ਅਸੀਂ ਮੈਨੂੰ ਲੱਗਦਾ ਹੋਊਗੀ 7-8 ਸਾਲ ਪਹਿਲਾਂ ਦੀ ਗੱਲ ਪਸ਼ੂਆਂ ਦਾ ਇੰਨਾ ਸੁਖ ਹੁੰਦਾ ਚਲੋ ਘਰ ਦਾ ਦੁੱਧ ਤਾਂ ਹੋਰ ਚੀਜ਼ ਆ ਬੰਦੇ ਨੂੰ ਛੇਤੀ ਛੇਤੀ ਆੜਤੀਏ ਤੇ ਜਾਣ ਦੀ ਲੋੜ ਨਹੀਂ ਪੈਂਦੀ ਜਿਹੜਾ ਪਿੰਡ 'ਚ ਮੇਰੇ ਵਰਗਾ ਰਹਿਣ ਵਾਲਾ ਹੈ ਨਾ ਉਹਦੇ ਕੋਲ ਇੱਕ ਕੈਸ਼ ਦਾ ਇੱਕ ਮਾਧਿਅਮ ਬਣ ਜਾਂਦਾ ਵੀ ਜਿੱਥੋਂ ਭਾਈ ਆ ਜਾਂਦਾ ਤਾਂ ਮਤਲਬ ਜੇ ਇਹ ਚੀਜ਼ ਨੂੰ ਪ੍ਰਮੋਟ ਕਰ ਗਏ ਕਿਸੇ ਢੰਗ ਦੇ ਨਾਲ ਚੀਜ਼ ਹੱਲ ਤਾਂ ਬਣ ਸਕਦੀ ਆ ਬਹੁਤ ਚੀਜ਼ਾਂ ਦਾ ਵਿਕਲਪ ਬਣ ਸਕਦੀ ਆ ਰਣਾ ਸਾਹਿਬ ਸੋਰੀ ਬੈਟਰੀ ਜੇ ਤੁਸੀਂ ਗੱਲ ਕਰੋ ਨਾ ਜੀ ਹਾਂ ਡਿਪਾਰਟਮੈਂਟ ਦੀ ਹਾਂ ਹੁਣ ਅ ਹਰਿਆਣਾ 4 ਤੋਂ 5000 ਕਰੋੜ ਰੁਪਏ ਦੇ ਕੱਟੇ ਹਾਂ ਤੇ ਮਝਾਂ ਵੇਚਦਾ ਠੀਕ ਆ ਪੰਜਾਬ ਵਾਲੇ ਇੱਥੋਂ ਖਰੀਦ ਕੇ ਲਿਆਉਂਦੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਭਰਾਓ ਸਾਡੇ ਚ ਕੀ ਕਮੀ ਆ ਹਾਂ ਅਸੀਂ ਤਾਂ 2 ਲੱਖ 2.5 ਲੱਖ ਰੁਪਏ ਦੀ ਮੱਝ ਲੈ ਆ ਕੇ ਲੰਡੂ ਜੇ ਕੱਟੇ ਤੋਂ ਕਰਾਸ ਕਰਾ ਦੀ ਦਾ ਇਹ ਗਲਤ ਗੱਲ ਆ ਇਹ ਬਰੀਡਿੰਗ ਕਰਨੀ ਚਾਹੀਦੀ ਆ ਫਾਰਮਰ ਨੂੰ ਨੌਲੇਜ ਹੋਣੀ ਚਾਹੀਦੀ ਆ ਕਿ ਆ ਮੱਝ ਦਾ ਪਿਓ ਕੌਣ ਸੀ ਮਾਂ ਨੇ ਕਿਹਨਾਂ ਦੁੱਧ ਦਿੱਤਾ ਮੱਝ ਕਿਹਨਾਂ ਦੇ ਦੁੱਧ ਰਹੀ ਆ ਤੇ ਇਹਦੇ ਤੇ ਅਸੀਂ ਸ਼ਿਵਨਕੇ ਦਾ ਲਾਉਣਾ ਇਹ ਸਾਰੀਆਂ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਔਰ ਸਹੀ ਮੈਨੇਜ ਦਾ ਵੈਟਰਨਰੀ ਦੇ ਡਾਕਟਰੀ ਸਾਡੇ ਪੂਰੇ ਨਹੀਂ ਔਰ ਸਪੋਰਟਿੰਗ ਸਟਾਫ ਤੇ ਐਜੂਕੇਸ਼ਨ ਦੀ ਕਮੀ ਆ ਹੂੰ ਤੇ ਹੁਣ ਕੀ ਕਰਾਂ ਬਲਹਾਂ ਬਲੱਡ ਲਾਈਨ ਤਾਂ ਇੰਨਾ ਚ ਵੀ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਖਿਆਲ ਰੱਖਿਆ ਜਾਣਾ ਚਾਹੀਦਾ ਵੀ ਕਿਹੜਾ ਭਾਈ ਉਹ ਕਿੱਥੋਂ ਉਹਨੂੰ ਮੇਟ ਕਰਵਾਇਆ ਮੇਰੇ ਕੋਲ ਸਾਰਾ ਰਿਕਾਰਡ ਆ ਹੂੰ ਇੱਕ ਗਲਤੀ ਹੋਈ ਏ ਸਾਡੇ ਦੀ ਕੀ ਉਹ ਗਲਤ ਮੱਝ ਨਾਲ ਨੀਲੀ ਚ ਤੇ ਦੁਜਾਲਾ ਕ੍ਰੋਸ ਮੋਰਾ ਕ੍ਰੋਸ ਕਰ ਦਿੱਤਾ ਹੋ ਜਾਂਦੀਆਂ ਗਲਤੀਆਂ ਹਾਂ ਲੇਕਿਨ ਉਹਨੂੰ ਸੈਗਰੀਗੇਟ ਕਰ ਦਾਂਗੇ ਅਸੀਂ ਸਾਹੀਵਾਲ ਦੀ ਬੜੀ ਤਾਰੀਫ ਹੁੰਦੀ ਆ ਸਾਹੀ ਵਾਲ ਸੱਚ ਬਹੁਤ ਅੱਛੀ ਗਾਂ ਆ ਹਾਂ ਬੜਾ ਅੱਛਾ ਦੁੱਧ ਹੈ ਹਾਂ ਔਰ ਕਿਉਂ ਦੀ ਬੜੀ ਕੀਮਤ ਹੈ ਹੂੰ ਤੇ ਅਗਰ ਇਹਨੂੰ ਕੋਈ ਬੰਦਾ ਐਸ ਪ੍ਰੋਜੈਕਟ ਸ਼ਹਿਰ ਦੇ ਲਾਗੇ ਹੋਵੇ ਹਾਂ ਜਿੱਥੇ ਅਮੀਰ ਆਦਮੀਆਂ ਦਾ ਸ਼ਹਿਰ ਹੋਵੇ ਹਾਂ ਹੁਣ ਬੰਬੇ ਅਰਗੀ ਜਗ੍ਹਾ ਦੁੱਧ ਦਾ ਪਾਕੀ ਹੈ 200 ਰੁਪਈਆ ਅੱਛਾ ਹਾਂ ਉੱਥੇ ਮਲਟੀ ਸਟੋਰੀਡ ਬਿਲਡਿੰਗ ਆ ਹੂੰ ਇਦਾਂ ਕਾਰ ਪਾਰਕਿੰਗ ਆ ਨਾ ਇਦਾਂ ਮੱਜਾਂ ਦੀ ਬੰਟੀ ਸਟੋਰੀਡ ਬਿਲਡਿੰਗ ਉੱਥੇ ਮੱਜਾਂ ਰੱਖਦੇ ਆ ਉਹਨਾਂ ਨੂੰ ਖੜਾਣ ਨਹੀਂ ਦਿੰਦੇ ਉੱਥੇ ਹਾਂਜੀ ਉਹਨਾਂ ਦਾ ਦੁੱਧ ਉੱਥੇ ਤਾਜ਼ਾ ਵਿਖਦਾ। ਹਾਂ। ਤੁਮ ਮੇਰਾ ਮਤਲਬ ਕਹਿਣਾ ਤਾਂ ਦੁੱਧ ਦੀ ਤੇ ਡਿਮਾਂਡ ਹੈ। ਹਾਂ। ਲੇਕਿਨ ਕਮੀਆਂ ਜਿਹੜੀ ਮਿਲਾਵਟ ਹੈ ਨਾ ਦੁੱਧ ਚ ਇਹ ਬਹੁਤ ਇਹ ਬਹੁਤ ਖਤਰਨਾਕ ਹੈ ਔਰ ਇਹਦਾ ਕੋਈ ਇਲਾਜ ਜਦ ਤੱਕ ਪਨਿਸ਼ਮੈਂਟ ਕੈਪੀਟਲ ਕੋਈ ਕੋਈ ਨਾ ਪਨਿਸ਼ਮੈਂਟ ਨਾ ਹੋਵੇ ਹਾਂ ਸਜ਼ਾ ਨਾ ਹੋਵੇ ਗੰਭੀਰ ਤਦ ਹੀ ਨਹੀਂ ਸੁਧਰ ਸਕਦਾ ਇਹ ਕੰਮ। ਪੇਰ ਰਾਣਾ ਸਾਹਿਬ ਦੋ ਚੀਜ਼ਾਂ ਇਹਦੇ ਚੈੱਕ ਤਾਂ ਮੈਂ ਜਿਹੜਾ ਪੜਦਾ ਹੁੰਨਾ ਵੀ ਪੰਜਾਬ 'ਚ ਜਿੰਨਾ ਦੁੱਧ ਪੈਦਾ ਹੁੰਦਾ ਹੈ ਕਹਿੰਦੇ ਉਦੋਂ ਜ਼ਿਆਦਾ ਜਿਹੜਾ ਬਿਓੜਾ ਦੁਗਣਾ ਖਪਤ ਹੋ ਰਿਹਾ ਖਪਤ ਹੋ ਰਿਹਾ ਆ ਫਿਰ ਆਜਪੁਰਾ ਮੰਡੀ ਆ ਨਕਲੀ ਖੁਏ ਦੀ ਨਕਲੀ ਪਾਊਡਰ ਦੀ ਨਕਲੀ ਘਿਓ ਦੀ ਸਾਰਿਆਂ ਨੂੰ ਪਤਾ ਦਿਵਾਲੀ ਲੱਗਿਆ ਹੁਣ ਦਿਵਾਲੀ ਆਉਣ ਵਾਲੀ ਹੈ ਨਾ ਜੀ ਦੇਖੋ ਖਬਰਾਂ ਆਉਣਗੀਆਂ ਕੁਝ ਦਿਨ ਉਹਦੇ ਬਾਅਦ ਫਿਰ ਭੁੱਲ ਜਾਗੇ ਆਪਾਂ ਪਰ ਸਾਨੂੰ ਕੋਈ ਐਹੋ ਜਿਹਾ ਕਨੈਕਸ਼ਨ ਵੀ ਤਬਾ ਸਕਦੇ ਆ ਵੀ ਜਿੱਥੇ ਮੰਨ ਲਓ ਕੋਈ ਸ਼ਹਿਰ ਤੇ ਤੁਸੀਂ ਕਹੇ ਵੀ ਜੇ ਤੁਹਾਡੇ ਨੇੜੇ ਵੱਡਾ ਸ਼ਹਿਰ ਆ ਕੀ ਇਹ ਚ ਕੋਈ ਸਰਕਾਰ ਦਾ ਰੋਲ ਵੀ ਹੋ ਸਕਦਾ ਵੀ ਜਿਹੜਾ ਕੋਈ ਮੈਂ ਮੇਰੇ ਵਾਂਗੂ ਬਠਿੰਡੇ ਵਿੱਚ ਬੈਠਾ ਉਹ ਚੰਡੀਗੜ੍ਹ ਦਾ ਦੁੱਧ ਭੇਜ ਸਕੇ ਵੇਚ ਸਕੇ ਦੇਖੋ ਇਹ ਥੋੜਾ ਜ਼ਿਆਦਾ ਪੈਂਡਾ ਹੋ ਜਾਊਗਾ ਲੰਬਾ ਚਲੋ ਕੋਈ ਘੱਟ ਕਰ ਲਓ ਲੇਕਿਨ ਲੁਧਿਆਣੇ ਲੱਗੇ ਹਾਂ ਜਲੰਧਰ ਲੱਗੇ ਬਠਿੰਡੇ ਦਾ ਬਠਿੰਡੇ ਦੇ ਵਿੱਚ ਹੀ ਹਾਂ ਬਠਿੰਡੇ 'ਚ ਵੀ ਅਮੀਰ ਆਦਮੀਆਂ ਹੂੰ ਉੱਥੇ ਸਿਸਟਮ ਬਣਨਾ ਚਾਹੀਦਾ ਅੱਛਾ ਦਰਸਨ 'ਚ ਪਤਾ ਕਰ ਰਹੀ ਆ ਹੂੰ कि ਜੈਨੂੰ ਐਨੀਮਲ ਹਸਬੈਂਡਰੀ ਵਿਭਾਗ ਮਿਲਦਾ ਉਹ ਸੋਚਦਾ ਮੈਨੂੰ ਪਨਿਸ਼ਮੈਂਟ ਮਿਲ ਗਈ। ਵਿਭਾਗ ਕੋਈ ਵੀ ਮਾੜਾ ਨਹੀਂ ਹੁੰਦਾ। ਤੁਹਾਨੂੰ ਕੋਈ ਵੀ ਵਿਭਾਗ ਮਿਲ ਜਾਏ ਉਹਦੇ ਤੁਸੀਂ ਕੰਮ ਕਰੋ ਜਿਵੇਂ ਮੈਨੂੰ ਕਿਸੇ ਨੇ ਟੈਕਨੀਕਲ ਐਜੂਕੇਸ਼ਨ ਦਿੱਤਾ ਤੇ ਮੈਨੂੰ ਬੜਾ ਚੰਗਾ ਲੱਗਣ ਲੱਗ ਪਿਆ ਕਿਉਂ ਕਿੰਨੇ ਬੰਦਿਆਂ ਦੀ ਜ਼ਿੰਦਗੀ ਤੁਸੀਂ ਸਵਾਰ ਸਕਦੇ ਹੋ। ਟਾਈਮ ਕੱਟ ਸੀ ਠੀਕ ਹੈ। ਲੇਕਿਨ ਫਿਰ ਵੀ ਅਸੀਂ ਕੇਮਰਿਜ ਯੂਨੀਵਰਸਿਟੀ ਨਾਲ ਸਾਈਨ ਕੀਤਾ। ਕੇਮਰਿਜ ਯੂਨੀਵਰਸਿਟੀ ਨਾਲ ਸਾਈਨ ਕਰਕੇ ਕਿ ਵੀ ਸਾਡੇ ਜਿਹੜੇ ਜਿੰਨੇ ਆਈਟੀਆਈ ਜਿੰਨੇ ਪੋਲੀਟੈਕਨਿਕ ਇਹਨਾਂ ਦਾ ਸਟਾਫ ਐਕਸਟਰਾ ਕਿ ਭਵੇਂ ਐਡ ਹੌਕ ਬੇਸ ਤੇ ਆਪਾਂ ਰੱਖ ਲਈਏ ਔਰ ਜਿੰ ਜਿਹਨੇ ਅੰਗਰੇਜ਼ੀ ਪੜ੍ਹਾਉਣੀ ਹੈ ਪਹਿਲਾਂ ਕੈਮਰਿਜ ਯੂਨੀਵਰਸਿਟੀ ਉਹਦਾ ਟੈਸਟ ਰਵੇ ਇਹ ਕੀਤਾ ਪਾਸ ਮੇਰੇ ਵਿਲੇ ਸਾਈਨ ਹੋਇਆ ਲੇਕਿਨ ਹੁਣ ਗੱਲਾਂ 8-9 ਮਹੀਨੇ ਸਰਕਾਰ ਬਣੀ ਨਹੀਂ ਹੋ ਗਿਆ ਹਲੇ ਨਹੀਂ ਪੁੱਛਣਾ ਸਾਲ ਹੋ ਲੈਣ ਦਾ ਪੂਰਾ ਫੇਰ ਜ਼ਰੂਰ ਮੈਂ ਪੁੱਛੂੰਗਾ ਕਿ ਇਹ ਤੇ ਕੀਤਾ ਕੀ ਹੈ ਹੁਣ 6 ਲੱਖ 50 ਹਾਂ ਆਇਲਟ ਕਰਦਾ ਹਾਂ ਉਹ ਕੈਮਰਜ ਯੂਨੀਵਰਸਿਟੀ ਲੈਂਦੀ ਹੈ ਟੈਸਟ ਉਹਨਾਂ ਨੂੰ ਪੜਾਉਣ ਵਾਲੇ ਕੀ ਇੱਕ ਕਾਰਨਰ ਸ਼ਾਪ ਸਿਆ ਦੁਕਾਨਾਂ 'ਚ ਹਮ ਕਿਸੇ ਕੋ ਦੋ ਦੁਕਾਨੇ ਕਹੇ ਤੋ ਤਿੰਨ ਦੁਕਾਨਾਂ ਉਹਰੇ ਜਿਆ ਕਮਰੇ ਕਹਿ ਲੋ ਉਹਨਾਂ ਦੇ ਵਿੱਚ ਕੋਈ 12ਵੀਂ ਪਾਸ ਪੜਾਈ ਜਾਂਦਾ ਅੰਗਰੇਜ਼ੀ ਕੋਈ ਬੀਏ ਪਾਸ ਪੜਾਈ ਜਾਂਦਾ ਪਹਿਲਾਂ ਤਾਂ ਯਾਰ ਪੜਾਉਣ ਵਾਲਿਆਂ ਦਾ ਟੈਸਟ ਹੋਣਾ ਚਾਹੀਦਾ ਕਿ ਕੀ ਇਹ ਕਿੰਨੇ ਉਹ ਕੀ ਹੁੰਦੇ ਕੁਆਲੀਫਾਈਡ ਨਹੀਂ ਨਹੀਂ ਉਹ ਨੰਬਰ ਹੁੰਦੇ ਅੱਛੇ ਬੈਂਡ ਬੈਂਡ ਪਹਿਲਾਂ ਤਾਂ ਬੈਂਡ ਪੜਾਉਣ ਵਾਲੇ ਦੇ ਚੱਕੇ ਹੋਣੇ ਚਾਹੀਦੇ ਆ ਤਾਂ ਹੀ ਉਹ ਦੂਜੇ ਨੂੰ 8 ਜਾਂ 7 ਧੋਣਗੇ ਜਿਹੜੇ 8 ਆਪਣੇ ਆਉਣਗੇ ਤਾਂ ਬੱਚਿਆਂ ਦੇ 7 ਆਉਣਗੇ ਤੇ ਮੈਂ ਕਰਨਾ ਸੀ ਰਹਿ ਗਿਆ ਕੰਮ ਕੋਈ ਗੱਲ ਨਹੀਂ ਇਸੇ ਤਰ੍ਹਾਂ ਮੈਨੂੰ ਮਹਿਕਮਾ ਮਿਲਿਆ ਸੀਗਾ ਯਾਰਾ ਜਿਹੜਾ ਬਾਗਬਾਨੀ ਦਾ ਮਾੜਾ ਸਮਝ ਕੇ ਦਿੱਤਾ ਆਪਾਂ ਕਿਹਾ ਕੋਈ ਗੱਲ ਨਹੀਂ ਇਹਨੂੰ ਇਹਦੇ ਨੂੰ ਚੰਗਾ ਕਿਹੜਾ ਆ ਸਾਡੇ ਹੁਣ ਬਾਗ ਪੱਟੇ ਗਏ ਕਿ ਉਪਟੇ ਗਿਆ ਯਾਰ ਪਾਣੀ ਨਹੀਂ ਪਾਣੀ ਨਹੀਂ ਮਿਲ ਰਿਹਾ ਇਹਨਾਂ ਤੇ ਰਫਰ ਨਹੀਂ ਹੋਈ ਇਹ ਗੱਲਾਂ ਮਾੜੀਆਂ ਸਰਕਾਰਾਂ ਨੂੰ ਇਹਨਾਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਔਰ ਗੱਲਾਂ ਤੇ ਬੜੀਆਂ ਕਰਨ ਵਾਲੀਆਂ ਚਾਹੇ ਤੁਸੀਂ ਡੀਪ ਲੀਟਿੰਗ ਵਾਟਰ ਟੇਬਲ ਦੀ ਗੱਲ ਕਰ ਲਓ ਉਹਦੀ ਰਿਪੋਰਟ ਬਣਾਈ ਆਪਾਂ ਆਪਾਂ ਇਹਦੇ ਤੇ ਇਹੀ ਸੋਚਿਆ ਸੀ ਵੀ ਇਹ ਇਹ ਜਿਹੜੇ ਟੌਪਿਕ ਹਨਾ ਇਕੱਲੇ ਇਕੱਲੇ ਦੇਖ ਕੇ ਕੁਝ ਹੋ ਜਾਏ ਕਿਉਂਕਿ ਵੱਡੀਆਂ ਚੀਜ਼ਾਂ ਮੈਂ ਕਹਾਂ ਜੀ ਇਹਦੇ ਤੇ ਟਾਈਮ ਲੱਗੂ ਹਾਂ ਮੈਂ ਸਾਰਾ ਆਪਣਾ ਜਿਹੜਾ ਮੇਰੇ ਢਿੱਡ ਦੇ ਅੰਦਰ ਹੈ ਨਾ ਮੇਰਾ ਸੁਪਨਾ ਹੈ ਕਿ ਪੰਜਾਬ ਕਿਹੋ ਜਿਹਾ ਹੋਵੇ ਉਹ ਮੈਂ ਤੁਹਾਡੇ 15 ਮਿੰਟਾਂ ਚ ਨਹੀਂ ਉਪਲਬਧ ਨਹੀਂ ਦੱਸ ਸਕਦਾ। 나 ਤੁਸੀਂ ਮੈਨੂੰ ਸਵਾਲ ਜਵਾਬ ਕਰ ਸਕਦੇ ਹੋ। ਕਹਿਣ ਨੂੰ ਤਾਂ ਮੈਂ ਸੁਪਨੇ ਕਹਿ ਦੂੰਗਾ। ਹਾਂ। ਗੱਲ ਤੇ ਇਹ ਕਿ ਤੁਸੀਂ ਕਰਾਸ ਕੁਐਸਚਨ ਮੈਨੂੰ ਕਰਨਾ। ਹਾਂ। ਤੁਸੀਂ ਵੀ ਇੱਕ ਨਾਮੀ ਪੱਤਰਕਾਰ ਹੋ। ਤੁਸੀਂ ਵੀ ਘੇੜਾ ਦਿਨੇ ਜਦੋਂ ਪਤਾ ਲੱਗ ਜਾਂਦਾ ਅਗਲੇ ਨੂੰ ਸਵਾਲ ਪੁੱਛਦੇ ਹੋ। ਨਹੀਂ ਮੈਨੂੰ ਪਤਾ ਤੁਹਾਡਾ। ਨਹੀਂ ਮੈਂ ਇੰਨਾ ਨਹੀਂ। ਮੈਂ ਤਾਂ ਝੂਠ ਨਹੀਂ ਮਾਰਦਾ। ਮੈਂ ਤਾਂ ਆ ਤੁਸੀਂ ਦੇਖ ਲਓ ਵੀ ਜਦੋਂ ਤੁਸੀਂ ਪਸ਼ੂਆਂ ਦੀ ਗੱਲ ਕਰੀ। ਮੈਂ ਤਾਂ ਆਪ ਚਾ ਚੜ ਗਿਆ ਵੀ ਚੱਲ ਇੰਨੇ ਬੰਨੇ। ਹੁਣ ਮੈਂ ਨਾ ਵਿਚਾਲੇ ਜੇ ਆਹ ਦੂਕਸਾਲ ਛੱਡੀ ਰੱਖੇ ਬਸੂ ਐਤਕੀ ਸਾਨੂੰ ਥੋੜੇ ਕੰਨ ਨੂੰ ਹੱਥ ਜਿਆਦਾ ਲਾਗੇ ਹੁਣ ਦੁਬਾਰੇ ਫੇਰ ਰੱਖਣੇ ਆ ਰੱਖੋ ਬਹੁਤ ਜ਼ਰੂਰੀ ਆ ਆਪਣਾ ਜ਼ਿਮੀਂਦਾਰ ਦੀ ਕੀ ਕਦਰ ਆ ਪਸੂ ਮੈਂ ਤੁਹਾਨੂੰ ਮਲੂਕ ਹਾਂ ਮਲੂਕ ਮੱਝ ਦਾ ਨੋਆ ਹਾਂ ਪੰਜਾਬ ਸਿੰਘ ਜਹਦਾਰ ਪਟਿਆਲੇ ਲਾਗੇ ਪਿੰਡ ਉਹਦਾ ਹਾਂ ਉਹਨੇ ਮੈਨੂੰ ਆਪਣੇ ਆੜੀ ਆ ਮੈਂ ਅੱਜ ਜਿੱਦਾਂ ਮਨਜੀਤ ਸਿਓ ਹਾਂ ਹੂੰ ਇਦਾਂ ਜੱਗਾ ਬਰੀਡਰ ਆ ਇਦਾਂ ਹੋਰ ਵੀ ਮਿੱਤਰ ਨੇ ਆਪਣੇ ਜਿਹੜੇ ਮੈਨੂੰ ਫੋਨ ਕਰਦੇ ਰਹਿੰਦੇ ਆ ਮੱਝ ਲੈਣੀ ਹੈ ਹਾਂ ਲੋ ਅੱਜ ਹੀ ਹਾਂ ਅੱਜ ਹੀ ਦੋ ਮੱਝਾਂ ਮੈਂ ਆਪਣੇ ਇੱਕ ਸਰਪੰਚ ਨੂੰ ਦਵਾਈਆਂ ਠੀਕ ਹੈ ਉਹ ਮੋਗਿਓ ਲੈ ਕੇ ਗਿਆ ਹਾਂ ਇੱਕ ਸੋਹਣੀ ਇੱਕ ਸੂਝੋ ਸੋ ਮੈਂ ਆਪਣਾ ਸ਼ੌਕ ਹੈ ਇਹ ਸਹੀ ਹੈ ਮੈਂ ਅਮਰੀਕਾ ਚਲੇ ਗਿਆ ਹਾਂ ਤੇ ਅਮਰੀਕਾ ਗਿਆ ਤੇ ਜਿੱਥੇ ਪੰਜਾਬੀ ਬੰਦੇ ਇਕੱਠੇ ਹੁੰਦੇ ਆ ਤਾਂ ਮੈਂ ਆਪਣਾ ਕੱਢ ਕੇ ਨਾ ਜੀ ਕੰਪਿਊਟਰ ਤੇ ਉਹਨੂੰ ਦੱਸਾਂ ਮੇਰੇ ਕੋ ਆ ਨੀਲੀ 라ਵੀਆ ਮੇਰੇ ਕੋ ਸਾਈ ਵਾਲਾ ਫਲਾਨਾ ਉਹ ਜਿਹੜੇ ਤਾਂ ਆ ਯਾਰ ਪਿੰਡੋਂ ਗਏ ਉਹ ਹੁਣ ਉਹ ਤਾਂ ਨਾ ਇੰਟਰਸਟ ਹਾਂ ਬਾਕੀ ਤੇ ਮੇਰਾ ਭਾਂਜਾ ਮੇਰੇ ਨਾਲ ਸੀ ਕਹਿੰਦਾ ਮਾਮਾ ਇਹਨਾਂ ਨਾਲ ਤੂੰ ਇਹ ਗੱਲਾਂ ਨਾ ਕਰ ਹਾਂ ਫਿਰ ਮੈਂ ਪੈਂਤਰਾ ਬਤਲ ਦਿੰਦਾ ਫਿਰ ਮੈਂ ਗੱਲ ਹੀ ਨਹੀਂ ਕੀਤੀ ਮਜਾਂਗਾ ਮੈਂ ਮੈਂ ਕਿਹਾ ਯਾਰ ਇਹਨਾਂ ਨੂੰ ਸਮਝ ਨਹੀਂ ਤੇ ਨਾ ਇਹਨਾਂ ਨੂੰ ਲੋੜ ਆਪਾਂ ਵੀ ਡਿਸਕਲੇਮਰ ਦੇ ਦਿੱ ਗਏ ਵੀ ਡਿਸਕਲੇਮਰ ਇਹ ਆ ਭਾਈ ਵੀ ਜੇ ਤੁਸੀਂ ਅ ਪਸ਼ੂਆਂ ਦੇ ਬਾਰੇ ਹਨਾ ਮੱਝਾਂ ਗਾਵਾਂ ਤੁਸੀਂ ਕਦੇ ਰੱਖੀਆਂ ਜਾਂ ਇੰਟਰਸਟਿਡ ਆ ਤਾਂ ਇਹ ਸ਼ੋਅ ਤੁਹਾਡੇ ਖਾਤਰ ਆ ਜੇ ਤੁਸੀਂ ਪੋਲੀਟਿਕਲ ਗੱਲਾਂ ਦਾ ਵੀ ਉਹਨੇ ਕੀ ਕਿਹਾ ਉਹਨੇ ਕੀ ਕਿਹਾ ਉਹ ਸੁਆਦ ਬਾਜੀ ਇਹ ਚ ਰਹਿਣੀ। ਅੱਛਾ ਉਹ ਮੈਂ ਅਜ ਤਾਈਂ ਯਾਰ ਕੀਤੀ ਵੀ ਨਹੀਂ। ਕਦੇ ਕੋਈ ਕਹਿ ਦਵੇ ਮੈਨੂੰ ਮੈਂ ਕਿਸੇ ਬਾਰੇ ਆਪਣੇ ਵਿਰੋਧੀ ਤੋਂ ਵਿਰੋਧੀ ਨੂੰ ਵੀ ਕਦੇ ਮੈਂ ਗਾਲ ਨਹੀਂ ਕੱਢੀ ਹੋਊਗੀ ਕਿ ਯਾਰ ਇਹ ਮਾੜਾ ਇਹ ਫਲਾਨਾ ਇਹ ਤਮਕੜਾ। ਰੋਜ਼ ਅਖਬਾਰਾਂ 'ਚ ਰਹਿਣ ਵਾਲਿਆਂ ਦੇ ਉਲਟ ਵੀ ਮੈਂ ਨਹੀਂ ਕਦੇ ਬੋਲਿਆ। ਮੈਨੂੰ ਮੇਰੇ ਖਿਆਲ ਨਾਲ ਡਿਵੈਲਪਮੈਂਟ ਦੀ ਗੱਲ ਹੋਣੀ ਚਾਹੀਦੀ ਆ। ਪੰਜਾਬ ਲਈ ਸੁਪਨਾ ਹੋਣਾ ਚਾਹੀਦਾ ਬੰਦੇ ਦਾ। ਪਰ ਸੁਪਨਾ ਬਹੁਤ ਤਰੀਕਿਆਂ ਨਾਲ ਲਿਆ ਜਾ ਸਕਦਾ ਮੈਂ ਨ ਇੱਕ ਚੀਜ਼ ਹੋਰ ਵੀ ਦੇਖੀ ਸੀ ਜਿਹੜੇ ਉਹ ਸ਼ੋਅ 'ਚ ਵੀ ਸੀ ਨਾ ਜਿਹੜੇ ਦੇਖੋ ਕਈ ਬੰਦੇ ਨੇ ਤਾਂ ਚਲੋ ਆਲੋਚਨਾ ਕਰਨੀ ਹੁੰਦੀ ਪਰ ਬਹੁਤ ਬੰਦਿਆਂ ਨੇ ਇਹ ਕਿਹਾ ਵੀ ਡਿਟੇਲ 'ਚ ਗੱਲ ਹੋਣੀ ਚਾਹੀਦੀ ਆ ਇਹਨਾਂ ਵਿਸ਼ਿਆਂ ਦੇ ਉੱਤੇ ਇਹਨਾਂ ਤੇ ਹੋਣੀ ਚਾਹੀਦੀ ਆ ਕਿਉਂਕਿ ਐਂਡ ਆਫ ਦਿ ਡੇ ਆਈਡੀਆ ਕਿਸੇ ਦਾ ਗੁਲਾਮ ਥੋੜੀ ਹੁੰਦਾ ਕਿ ਉਹ ਕਿਸੇ ਇੱਕ ਬੰਦੇ ਦਾ ਹੀ ਵਧੀਆ ਹੋਊਗਾ ਕਿਸੇ ਦਾ ਵੀ ਕਿਤੇ ਉਹ ਵੀ ਆਈਡੀਆ ਕੋਈ ਵੀ ਕਲਿੱਕ ਕਰ ਗਿਆ ਮੇਰਾ ਤਾਂ ਮੰਨਣਾ ਇਹ ਆ ਕਿ ਹਰ ਬੰਦੇ ਨੂੰ ਸੁਪਨੇ ਲੈਣੇ ਚਾਹੀਦੇ ਆ ਹੂੰ ਦਨੇ ਸੁਪਨੇ ਦਨੇ ਚੈ ਹੀ ਤੇ ਜੇ ਸੁਪਨੇ ਲਾਉਂਗੇ ਤਾਂ ਪਹੁੰਚੂਗੇ ਕਿਤੇ ਹੂੰ ਮੈਂ ਜਿੱਥੇ ਪਹੁੰਚਿਆ ਨਾ ਪੋਲਿਟਿਕਲੀ ਨਹੀਂ ਪੋਲਿਟਿਕਲੀ ਤਾਂ ਮੈਂ ਕਿਤੇ ਵੀ ਨਹੀਂ ਪਹੁੰਚਿਆ ਮੇਰੇ ਨਾਲ ਪਿੱਛੇ ਵਾਲੇ ਬੜੇ ਬੜੇ ਅੱਗੇ ਪਹੁੰਚ ਗਏ ਹੁਣ ਉਹ ਮੈਨੂੰ ਕੋਈ ਕਿਸੇ ਦਾ ਦੁੱਖ ਵੀ ਨਹੀਂ ਤੇ ਨਾ ਮੇਰੀ ਕੋਈ ਖੁਆਇਸ਼ ਹੈ ਕਿ ਮੈਂ ਆ ਬਣਨਾ ਮੇਰਾ ਆਪਣੇ ਬਣਾਉਣਾ ਹੋਊਗਾ ਜੋ ਉਹਦੀ ਮਰਜ਼ੀ ਆ ਹਾਂ ਉਹ ਕਾਰਖਾਨੇ ਲਾਉਣ ਦਾ ਮੈਂ ਸਕੂਲ ਚ ਪੜਦਾ ਹੁੰਦਾ ਸੀ ਨਾ ਤਦ ਤੋਂ ਮੇਰੇ ਮਨ ਸੀ ਯਾਰ ਮੈਂ ਚਿਮਨੀ ਹਲ ਹੋਣੀ ਹੈ ਚਿਮਨੀ ਚਿਵਨੀ ਕੱਢਣੀ ਇੱਕ ਕੱਢਣ ਦੀ ਗੱਲ ਕਰਦਾ ਮਾਂ ਲਗ ਨੇ ਹੁਣ ਚਿਵਨੀ ਚਿਵਨੀ ਆ ਕਰ ਦਿੱਤੀਆਂ ਸੁਪਨੇ ਲੈ ਤਾਂ ਪੁੰਚੇ ਜੇ ਸੁਪਨੇ ਨਾ ਲੈਂਦੇ ਫਿਰ ਕਿੱਥੇ ਰਹਿੰਦੇ ਤੇ ਇਹ ਸ਼ੌਕ ਸੀ ਪਸ਼ੂ ਪਾਲਣ ਪਸ਼ੂ ਪਾਲਣ ਮੇਰੀ ਮਾਤਾ ਦਾ ਸ਼ੌਕ ਸੀ ਇਹ ਮੇਰਾ ਕੋ ਬਹੁਤ ਪੁਰਾਣਾ ਸ਼ੌਕ ਨਹੀਂ ਆ ਇਹ ਪੰਜ ਸੱਤਾਂ ਸਾਰਾਂ ਨੂੰ ਦੁਬਾਰਾ ਦੀ ਰਿਵਾਈਵ ਕੀਤਾ ਮੈਂ ਮੈਂ ਕਿਹਾ ਯਾਰ ਤਰਤੀਨਾ ਜੁੜਿਆ ਬੰਦਾ ਤੂੰ ਬੱਟਾਂ ਦੇ ਤੁਰਦਾ ਫਿਰਦਾ ਰਿਆਂ ਖੇਤੀ ਕਰਦਾ ਰਿਆਂ ਡੰਗਰਾਂ ਦੀ ਤੇਰੇ ਮਾਂ ਕੋ 50 50 60 60 ਹੁੰਦੇ ਸੀ ਅਜੇ ਹੋਰ ਸਾਨੂੰ ਸ਼ੂਗਰ ਵਾਲੀ ਗੱਲ ਸੁਣਾਵਾ ਸੁਣਾਓ ਇਕ ਦਿਨ ਯਾਰ ਮੈਂ ਆਪਣੇ ਬੇਟੇ ਨੂੰ ਪੁੱਛਿਆ ਉਹਦਾ ਮੈਨੂੰ ਫੋਨ ਆਇਆ ਮੈਂ ਅਮਰੀਕਾ ਸੀ ਹਾਂ ਪੋਣੇ 9 ਵਜੇ ਸੀ ਹਿੰਦੁਸਤਾਨ ਚ ਹਾਂ ਮੈਂ ਕਿਹਾ ਕਿੱਥੋਂ ਆ ਰਿਹਾ ਮੈਂ ਸੋਚਿਆ ਦਿੱਲੀ ਉਹਦੀ ਫੈਮਿਲੀ ਰਹਿੰਦੀ ਦਿੱਲੀੋਂ ਆ ਰਿਹਾ ਕਹਿੰਦਾ ਨਹੀਂ ਰਾਤ ਨੂੰ ਚੰਡੀਗੜ੍ਹ ਸੀਗਾ ਤੇ ਹੁਣ ਮੈਂ ਕੋੜੇ ਕੋੜਿਆ ਲੋ ਆ ਰਿਹਾ ਹਾਂ ਮੈਂ ਕਿਹਾ ਕੋੜਿਆਂ ਨੂੰ ਤੇਰੇ ਕੋਲ ਤਾਂ ਇੱਕ ਕੋੜਾ ਸੀ ਹਾਂ ਕਹਿੰਦਾ ਤੁਹਾਡੇ ਮਗਰੋਂ ਮੈਂ 8-10 ਕੋੜੇ ਕਰ ਦਿੱਤੇ ਉਹ ਮੈਂ ਕਿਹਾ 8-10 ਕੋੜੇ ਇਹਨਾਂ ਸੰਭੂ ਕੋਣ ਹਾਂ ਕਹਿੰਦਾ ਮੈਂ ਮੈਂ ਕਿਹਾ ਕੰਮ ਕੌਣ ਕਰੂ ਕਹਿੰਦਾ ਮੈਂ ਮੈਂ ਕਿਹਾ ਕਦੋਂ ਕਹਿੰਦਾ ਟਾਈਮ ਕੀ ਹੋਇਆ ਟਾਈਮ ਇੱਥੇ ਪੌਣੇ 9 ਹੋਇਆ ਤੇ ਮੈਂ ਪੀਜੀਏ ਦੇ ਲੱਗੇ ਆ ਸਵੇਰੇ 6 ਵਜੇ ਚਲੇ ਗਿਆ ਸੀ ਤੁਹਾਡੇ ਵਾਲੇ ਕੰਮ ਵਾਲੇ ਟਾਈਮ 'ਚੋਂ ਮੈਂ ਇੱਕ ਇੱਕ ਮਿੰਟ ਨਹੀਂ ਖਰਾਬ ਕਰੂੰ ਸਾਰਿਆਂ ਦੇ ਨਾਲ ਦਫ਼ਤਰ ਪਹੁੰਚ ਜਾਊਂਗਾ ਤੇ ਯਾਰ ਜੇ ਤੂੰ ਪੰਜਾ ਡੰਗ ਰਹਿ ਸਕਦਾ 10 ਕੋੜੇ ਮੈਂ ਵੀ ਰੱਖ ਸਕਦਾ ਓਏ ਚਲੋ ਪੀਓ ਪੋਤਾ ਸ਼ੁਕਰ ਸੀ ਨਹੀਂ ਠੀਕ ਆ ਇਹ ਇੱਕ ਹੋਰ ਵੀ ਯਾਰਾਂ ਸਭ ਇਹ ਚੀਜ਼ਾਂ ਜੇ ਤੁਸੀਂ ਦੇਖਗੇ ਨਾ ਸਾਡੀ ਪੁਰਾਣੀ ਪਿੰਡਾਂ ਦੀ ਲਾਈਫ ਇਹ ਹਿੱਸਾ ਰਹੀਆਂ ਹੁਣ ਹੁਣੇ ਚੀਜ਼ਾਂ ਤੂੰ ਜਾਂ ਤਾਂ ਮੈਂ ਤਾਂ ਹੈਰਾਨ ਹੁੰਨਾ ਵੀ ਇੰਨਾ ਚੀਜ਼ਾਂ ਤੇ ਵੀ ਜਿਹੜੀਆਂ ਸਾਡੀ ਜ਼ਿੰਦਗੀ ਦਾ ਏਡਾ ਹੈ ਸਾਰੀਆਂ ਉਹ ਵੀ ਉਹਨਾਂ ਤੇ ਵੀ ਸਿਰਫ ਬਿਆਨਬਾਜ਼ੀ ਦੀ ਜਿਵੇਂ ਤੁਸੀਂ ਗੱਲ ਆ ਕੇ ਕਿ ਹਟੂਗਾ ਮਾਣੂ ਲੈ ਕੇ ਆ ਮਤਲਬ ਯਾਰ ਇੱਕ ਪਿੰਡ 'ਚ ਰਹਿਣ ਵਾਲੇ ਬੰਦਾ ਜਿਹੜਾ ਪਸ਼ੂ ਪਾਲਦਾ ਉਹਦੇ ਨੇ ਉਹ ਤੋਂ ਵੱਧ ਪਿਆਰੀ ਗਾਂ ਕਿਹਨੂੰ ਹੁੰਦੀ ਆ ਪਿੰਡਾਂ ਵਾਲਿਆਂ ਨੂੰ ਸੱਚ ਤੁਹਾਨੂੰ ਦੱਸਾਂ ਇਹ ਲੋਕ ਲੜਦੇ ਆ ਕੰਪੀਟੀਸ਼ਨ 'ਚ ਜਾ ਕੇ ਹਾਂ ਕੀ ਇਹਦਾ ਚੱਗ ਹਲੇ ਤੁਸੀਂ ਇਚ ਪਾਣੀ ਪਾਤਾ ਇਚ ਬਾਲਟੀ ਐਂ ਕਰ ਤੇ ਐਂ ਕਰ ਕਿ ਵੀ ਮੈਂ ਇਹਦੇ ਨੂੰ 5 ਗ੍ਰਾਮ ਹੀ ਪਾਉਂ ਪਰਾ ਰਾਂ ਉੱਪਰ ਨੰਬਰ 1 ਆਉਣ ਲਈ ਹਾਂ ਬੜੀ ਪਾਰੀ ਕੰਪੀਟੀਸ਼ਨ ਔਰ ਮੈਂ ਸਮਝਦਾ ਕਿ ਦੇਖੋ ਕਿਰਾਏ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰ ਚ ਮੇਲੇ ਚਾਲੂ ਹੋਣ ਪਸ਼ੂ ਪਸ਼ੂ ਪਾਲਣ ਮੇਲੇ ਹਾਂ ਮੈਂ ਉਚ ਕੁੜੀਆਂ ਵੀ ਆਉਂਦੀਆਂ ਸੀ ਹਾਂ ਜੀ ਹੁਣ ਜ਼ਿਮੀਂਦਾਰ ਦੇ ਲਈ ਕੰਪੀਟੀਸ਼ਨ ਬੜਾ ਜ਼ਰੂਰੀ ਆ ਆ ਡੀਜੇ ਬੰਦ ਕਰਾ ਯਾਰ ਪ੍ਰਭੂ ਪ੍ਰਭੂ ਚਲੋ ਫਿਰ ਆਪਾਂ ਪਰਦੇ ਬਨੇ ਚੱਲਦੇ ਆ ਤਾਂ ਸਾਨੂੰ ਥੋੜਾ ਜਿਹਾ ਫੇਰ ਪਰੇ ਹਟਣਾ ਪਿਆ ਇੱਧਰ ਆ ਗਏ ਅਸੀਂ ਕਿਉਂਕਿ ਭਾਈ ਕਿਸੇ ਦਾ ਵਿਆਹ ਸੀਗਾ ਤੇ ਡੀਜੇ ਤੇ ਗਾਣੇ ਗੋਣੇ ਚੱਲਦੀ ਹੁੰਦੇ ਆ ਹੁਣ ਇਹ ਤਾਂ ਕਰਨਾ ਹੀ ਅਗਲੇ ਨੇ ਵੀ ਹੱਸਣਾ ਕੱਢਣਾ ਮੰਨਦਾ ਚਾ ਅਗਲੇ ਦਾ ਭਾ ਇਧਰ ਆ ਕੇ ਕਰਦਾ ਹੈਨਾ ਤਾਂ ਉਹ ਤੁਸੀਂ ਕਹਿੰਦੇ ਸੀ ਵੀ ਖੁੱਲਾ ਛੱਡਣਾ ਤੇ ਦੇਖੋ ਮੈਂ ਇੱਥੇ 4 ਕਿੱਲੇ ਜ਼ਮੀਨ ਗਾਈਆਂ ਲਈ ਖੁੱਲੇ ਗਾਈਆਂ ਮਜਾਂ ਖੁਲੀਆਂ ਫੇਟੀਆਂ ਇੱਕ ਛੱਪੜ ਬਣਾਇਆ ਅੱਛਾ ਮਜਾਂ ਛੱਪੜ ਚ ਗਾਈਆਂ ਘੁੰਮਦੀਆਂ ਫਿਰਦੀਆਂ ਸਵੇਰੇ 8 8:30 ਵਜੇ ਹਾਂ ਉਹਨਾਂ ਨੂੰ ਖਵਾ ਪਿਆ ਕੇ ਤੇ ਛੱਡ ਦੇ ਦਿਆਂ ਔਰ 2 ਵਜੇ ਲਿਆ ਕੇ ਬੰਦ ਦਿੰਦਾ ਇਹਦਾ ਆਪਣਾ ਸਿਸਟਮ ਹੈ ਹਾਂ ਫਿਰ ਉਹਨਾਂ ਨੂੰ ਫੀਡ ਫੂਡ ਪਾ ਦਿੰਦਾ ਹਾਂ ਤਾਂ ਫੇਰ ਸ਼ਾਮ ਨੂੰ ਚੋੜਨ ਚੋਹ ਦਾ ਟਾਈਮ ਆ ਜਾਂਦਾ ਇਹ ਜਦੋਂ ਆਪਾਂ ਜਿਆਦਾ ਬੰਨੀ ਰੱਖਦੇ ਹਣਾ ਇਰਿਟੇਸ਼ਨ ਤਾਂ ਆਉਂਦੀ ਹੂ ਹਣਾ ਆਪਾਂ ਸਾਨੂੰ ਕਿੰਨੀ ਓਕੇ ਕਹਦੀ ਆ ਹਾਂ ਜਦੋਂ ਬੰਦੇ ਨੂੰ ਬੰਦ ਦੀਏ ਕੈਦੀ ਆ ਕੁੱਤੇ ਨੂੰ ਬੰਦ ਦੀਏ ਕੌੜਾ ਨਹੀਂ ਹੋ ਜਾਂਦਾ ਹਾਂ ਗਾਂ ਮੱਝ ਨੂੰ ਵੀ ਉਹਦੀ ਮੂਵਮੈਂਟ ਹੋਣੀ ਬੜੀ ਜ਼ਰੂਰੀ ਹੈ ਇੱਕ ਮੱਝ ਮੈਂ ਖਰੀਦੀ ਹਾਂ ਉਹ ਤਵੇਲੇ ਤੇ 3 ਸਾਲ ਹੋ ਗਏ ਸੀ ਬੱਜੀ ਨੂੰ ਅੱਛਾ ਤੇ ਜਦੋਂ ਇੱਥੇ ਲਿਆਂਦੀ ਤਾਂ ਉਹ ਐ ਤੁਰੇ ਇਹ ਡਾਈਟਾ ਤੁਰੇ ਹਾਂ ਮਤਲਬ ਲਗੜਾਉਂਦੀ ਸੀ ਹਾਂ ਮੈਂ ਪੰਡਤ ਨੂੰ ਪੁੱਛਿਆ ਮੈਂ ਪੰਡਤ ਜੀ ਇਹ ਤਾਂ ਤੁਰਦੀ ਨਹੀਂ ਕਹਿੰਦਾ ਅਸੀਂ ਤੁਰਨ ਦਿੱਤੀ ਨਹੀਂ ਮੈਂ ਕਿਹਾ ਕਿ ਉਹ ਕਹਿੰਦਾ ਕਿਲੇ ਦੇ ਬਣ ਕੇ ਰੱਖੀ ਇਹ ਪੰਜ ਸੱਤ ਦਿਨ ਦੇ ਇਹਦੇ ਹੱਡ ਪੈਰਾ ਆਪ ਖੁੱਲ ਜਾਣੇ ਉਹ ਫਰਸਟ ਕਲਾਸ ਹੈ ਬੁਰੀ ਮੱਝ ਅੱਛਾ ਹੁਣ ਵਧੀਆ ਚੱਲ ਹੁਣ ਵਧੀਆ ਚੱਲਦੀ ਹੈ ਨਹੀਂ ਉਹ ਤਾਂ ਸਹੀ ਹੈ ਇਹ ਗੱਲ ਅੱਛਾ ਪੰਜਾਬ ਚ ਓਵਰ ਆਲ ਫਿਊਚਰ ਕੀ ਆ ਪਸ਼ੂ ਪਾਲਣ ਦਾ ਪਸ਼ੂ ਪਾਲਣ ਦਾ ਫਿਊਚਰ ਬਹੁਤ ਵਧੀਆ ਇਹ ਨੂੰ ਸਾਨੂੰ ਡਿਸਰਟਨ ਹੋਣ ਦੀ ਲੋੜ ਨਹੀਂ ਜੇ ਲੰਪੀ ਸਕਿੰਡ ਡਿਜ਼ੀਜ਼ ਹੋ ਵੀ ਗਈ ਆ ਤੇ ਕੋਈ ਪਰਮਨੈਂਟ ਗੱਲ ਤਰੀ ਖਰਮੂ ਦੀ ਬਿਮਾਰੀ ਵੀ ਤਾਂ ਹੁੰਦੀ ਆ ਫੁੱਟ ਮਾਊਥ ਹਾਂ ਡਿਜ਼ੀਜ਼ ਹਾਂ ਤੇ ਹਰ ਸਾਲ ਦੋ ਵਾਰ ਇੰਜੈਕਸ਼ਨ ਲਾਈਦੇ ਆ ਇਸੇ ਤਰ੍ਹਾਂ ਲੰਪੀ ਸਕਿੰਡ ਡਿਜ਼ੀਜ਼ ਦਾ ਵੀ ਇੰਜੈਕਸ਼ਨ ਜਦ ਤਈ ਇਹ 100% ਬਣਾਇਆ ਥੋੜਾ ਜਿਹਾ ਉਹ ਆਪਣੇ ਹਿਸਾਬ ਨਾਲ ਕਿ ਵੀ ਅਸੀਂ ਕਰ ਦਿੱਤਾ ਕਾਮਯਾਬ ਲੇਕਿਨ ਇਹ ਗੱਲ ਠੀਕ ਨਹੀਂ ਪਾਰਤ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਇਹ ਸਾਊਥ ਅਫਰੀਕਾ ਤੋਂ ਚਲੋ ਭਾਰਤ ਸਰਕਾਰ ਕੀ ਪੰਜਾਬ ਸਰਕਾਰ ਕਰ ਲਵੇ ਹਾਂ ਹਾਂ ਕੋਈ ਕਰ ਲੈ ਕੋਈ ਕਰ ਲੈ ਤੇ ਚੁੱਪ ਕਰਕੇ ਜਿੰਨੇ ਸਾਡੇ ਕੋ ਗਾਇਆਂ ਬੱਚੀਆਂ ਉਹਨਾਂ ਦੇ ਲਈ ਇੰਜੈਕਸ਼ਨ ਮੰਗਾਈਏ ਉਹਨਾਂ ਨੂੰ ਵੈਕਸੀਨੇਟ ਕਰਦੀਏ ਫੁੱਟ ਡਿਜ਼ੀਜ਼ ਹੋਏਗੀ ਨਹੀਂ ਲੰਪੀ ਸਕਿੰਡ ਡਿਜ਼ੀਜ਼ ਔਰ ਮੇਰਾ ਆਪਣਾ ਮੰਨਣਾ ਕਿ ਅਗਰ ਡੇਰੀ ਫਾਰਮਿੰਗ ਨੂੰ ਆਪਾਂ ਕਾਮਯਾਬ ਪੰਜਾਬ ਚ ਕਰਨਾ ਚਾਹੁੰਦੇ ਆ ਤੇ ਪਹਿਲਾਂ ਤਾਂ ਆਪਾਂ ਦੇਖਣਾ ਪਊਗਾ ਕਿ ਵੀ ਸਾਡੀ ਦੁੱਧ ਦੀ ਖਪਤ ਕਿੰਨੀ ਆ ਸਹੀ ਆ ਤੇ ਸਾਡੀ ਪ੍ਰੋਡਕਸ਼ਨ ਕਿੰਨੀ ਆ ਇਹ ਜਿਹੜਾ ਗੈਪ ਆ ਫालतੂ ਅਸੀਂ ਦੁੱਧ ਘੱਟ ਪ੍ਰੋਡਿਊਸ ਕਰ ਰਹੇ ਆ ਖਪਤ ਵੱਧ ਆ ਵੱਧ ਤੇ ਉਹ ਉਹ ਆ ਕਿੱਥੋਂ ਰਿਹਾ ਉਹ ਰਾਜਸਥਾਨ ਜਾਂ ਯੂਪੀ ਤੋਂ ਤਾਂ ਨਹੀਂ ਰਿਹਾ ਉਹ ਇੱਥੇ ਬਣਾ ਦਿੰਦੇ ਬਾਲਦ ਕਲਾ ਦੇ ਵਿੱਚ ਮੈਂ ਨਾ ਡੈਸਕ ਤੇ ਜੌਬ ਕਰਦਾ ਹੁੰਦਾ ਸੀ ਜਸ ਪੰਜਾਬੀ ਚ ਉਦੋਂ ਇੱਕ ਫੈਕਟਰੀ ਪੜੀ ਗਈ ਸੀ ਸੰਗਰੂਰ ਦੇ ਨੇੜੇ ਪਿੰਡਾ ਬਾਲਦ ਕਲਾ 4000 ਲੀਟਰ ਨਕਲੀ ਦੁੱਧ ਰੋਜ਼ ਉੱਥੋਂ ਬਣਦਾ ਸੀ ਇਹ ਹੈ ਜੇ ਮੈਨੂੰ ਲੱਗਦਾ ਵੀ ਪੰਜਾਬ ਚ ਬਹੁਤ ਸਾਰੇ ਹੋਣਿਆ ਜਿਹਦੇ ਕਰਕੇ ਦੂਜੇ ਦੇ ਉਧਰ ਤਾਂ ਰੇਟ ਹੀ ਨਹੀਂ ਉੱਠਣ ਦਿੰਦੇ ਨਹੀਂ ਉੱਠਦੇ ਕਿਉਂਕਿ ਜਦ ਗੈਪ ਪੂਰਾ ਹੋ ਜਾਏ ਤਾਂ ਰੇਟ ਕਿਧਰ ਆਊਗਾ ਸਰਪਲਸ ਹੋ ਜਾਂਦਾ ਔਰ ਜ਼ਿਮੀਂਦਾਰ ਨੂੰ ਵਾਇਬਲ ਨਹੀਂ ਆ ਔਰ ਜ਼ਿਮੀਂਦਾਰ ਨੂੰ ਜੇ ਵਾਇਬਲ ਕਰਨਾ ਉਹਦੇ ਲਈ ਮੈਂ ਨਾ ਮੈਨੂੰ ਇੱਕ ਸ਼ੌਕ ਇਹ ਵੀ ਆ ਹਮ ਕਿ ਮੈਂ ਹੈਨਓਵਰ ਜਦੋਂ ਐਗਰੀਕਲਚਰ ਮਸ਼ੀਨਰੀ ਸ਼ੋਅ ਲੱਗਦਾ ਹਾਂ ਕਿ ਰਾਣਾ ਉੱਥੇ ਜਾਂਦਾ ਮੈਂ ਦੋ ਵਾਰ ਜਾਂਦਾ ਉਹ ਕਿਹੜੀ ਦਾ ਤੇ ਲੱਗਦਾ ਅ ਜਰਮਨੀ ਚ ਹਾਨੂਬਰ ਅੱਛਾ ਜਰਮਨੀ ਦੇ ਵਿੱਚ ਹਾਨੂਬਰ ਇਹ ਜਗਾ ਹਾਂ ਉਹ ਸ਼ੋਅ ਤੇ ਜਾ ਜਾਣਾ ਫਿਰ ਮੈਂ ਤੁਰਕੀ ਹਾਂ ਤੁਰਕੀ ਵੀ ਸ਼ੋਅ ਲੱਗਦਾ ਹਾਂ ਕੋਨੀਆਂ ਹਾਂ ਜਿੱਥੋਂ ਤੁਰਕੀ ਦਾ ਇਹ ਇਸਲਾਮ ਚੱਲਿਆ ਨਾ ਹਾਂ ਉਹ ਸੂਫੀ ਨਾ ਟ ਸੂਫੀ ਸੂਫੀ ਇਸਲਾਮ ਉਥੋਂ ਕੋਨੀਆਂ ਤੋਂ ਚੱਲਿਆ ਠੀਕ ਹੈ ਉੱਥੇ ਮੈਂ ਮੈਨੂਫੈਕਚਰਰ ਵੀ ਆ ਉੱਥੇ ਸ਼ੋਅ ਵੀ ਲਾਉਂਦੇ ਆ ਤੇ ਅੱਜ ਨਹੀਂ ਸਾਡੀ ਚਕੁੰਦਰ ਪੱਟਣ ਵਾਲੀ ਮਸ਼ੀਨ ਆ ਸੀ ਉਥੋਂ ਲੈ ਕੇ ਆਏ ਆ ਦੁੱਧ ਦੀ ਡੇਰੀ ਦਾ ਤੋਂ ਮੈਂ ਮਤਲਬ ਮੇਰਾ ਮੈ ਮੈਨੂੰ ਸ਼ੌਕ ਹੈ ਔਰ ਮੇਰੇ ਮਨ ਚ ਬੜੀ ਦੇਰ ਦੀ ਤਮਨਾ ਹੈ ਕਿ ਇਜ਼ਰਾਈਲ ਨਹੀਂ ਮੈਂ ਗਿਆ ਹਾਂ ਕਿਉਂਕਿ ਪੰਜਾਬ ਦੀ ਡੀਪ ਲੀਟਿੰਗ ਵਾਟਰ ਟੇਬਲ ਦੀ ਗੱਲ ਆਪਾਂ ਫੇਰ ਕਿਤੇ ਕਰਾਂਗੇ ਡ੍ਰਿਪ ਇਰੀਗੇਸ਼ਨ ਚ ਨੰਬਰ 1 ਨੇ ਉਹ ਥੋੜੇ ਪਾਣੀ ਨਾਲ ਬੜੀ ਉਪਜ ਕਰ ਰਹੇ ਆ ਔਰ ਉੱਥੇ ਮੈਂ ਜਾ ਕੇ ਉਹ ਗਾਈਆਂ ਚ ਵੀ ਬਹੁਤ ਅੱਗੇ ਨੇ ਡੇਰੀ ਫਾਰਮਿੰਗ ਚ ਤੇ ਬ੍ਰਾਜ਼ਿਲ ਇਹ ਦੋ ਮੁਲਕ ਮੈਂ ਘੁੰਮ ਕੇ ਆਉਣੇ ਆ ਆਪਣੇ ਖਰਚੇ ਤੇ ਇੱਕ ਕੋਈ ਐਕਸਪਰਟ ਨਾਲ ਲੈ ਜਾਣਾ ਜਿਹੜਾ ਮੈਨੂੰ ਮੈਨੂੰ ਵੀ ਗਿਆਨ ਦੇਵੇ ਇੱਕ ਕੋਈ ਯਾਰ ਕੋਈ ਡਾਕਟਰ ਕੋਈ ਮਲਟੀਪਲ ਗੱਲਾਂ ਜਾਣਦਾ ਹੋਵੇ ਡੇਰੀ ਫਾਰਮਿੰਗ ਵੀ ਜਾਣਦਾ ਹੋਵੇ ਐਗਰੀਕਲਚਰ ਵੀ ਜਾਣਦਾ ਹੋਵੇ ਇਹ ਜਿਹਨੂੰ ਟਿਕਟ ਉਹਦੀ ਵੀ ਲੈ ਲਾਂਗੇ ਤੇ ਇਕੱਠੇ ਚਰਚਾ ਲਾਂਗੇ ਤੇ ਜਾ ਕੇ ਪੂਰਾ ਸਟੱਡੀ ਕਰਕੇ ਹੁਣ ਗੱਲ ਹੈ ਕਿ ਵੀ ਗਰਲੈਂਡੋ ਹਾਂ 70 70 80 90 90 ਕਰੋੜ ਦੀ ਦੁਨੀਆ Brazil ਬੁਮਾਰੀ ਬੁਮਾਰੀ ਉਹਨਾਂ ਡੰਗਰਾਂ ਨੂੰ ਨਹੀਂ ਤੇ ਉਹੋ ਜੀ ਬਰੀਡ ਅਸੀਂ ਆਪਣੀ ਚਿਫਟੇ ਕਿਵੇਂ ਕ੍ਰੀਏਟ ਕਰਨੀ ਆ ਹਾਂ ਉਹਨਾਂ ਦੇ ਐਮਬ੍ਰਿਓ ਲੈ ਕੇ ਆ ਜੀ ਐਮਬ੍ਰਿਓ ਹੁੰਦੇ ਕਿ ਬੱਚਾ ਜਿਵੇਂ ਅਜੇ ਬਣਿਆ ਬਣਾਇਆ ਤੇ ਲਿਆ ਕੇ ਸਾਡੀਆਂ ਗਾਵਾਂ ਚ ਰੱਖ ਲਈਏ ਉਤੋਂ ਐਮਬ੍ਰਿਓ ਲਿਆ ਲਿਆ ਕੇ ਇੱਥੇ ਇੱਕ ਵਾਰ ਸ਼ੁਰੂ ਕੰਮ ਕਰੀਏ ਉਹਨਾਂ ਚ ਕੁਝ ਬੁੱਲ ਪੈਦਾ ਹੋਣਗੇ ਕੁਝ ਸਾਡੀਆਂ ਗਾਇਆਂ ਪੈਦਾ ਹੋਣਗੀਆਂ ਜਿਹੜੇ ਬੁੱਲ ਪੈਦਾ ਹੋਣਗੇ ਉਹਨਾਂ ਨੂੰ ਰੇਸ ਕਰਕੇ ਕੁਝ ਪੂਰੇ ਬੁੱਲਸ ਹੋਣੇ ਚਾਹੀਦੇ ਆ ਤਿਆਰ ਉਹਨਾਂ ਦਾ ਫਿਰ ਸੀਮਨ ਸੀ ਇੱਥੇ ਦਾ ਇੱਥੇ ਹੀ ਸਰਵਿਸ ਕਰਾਈਏ ਤੇ ਇੰਪੋਰਟ ਕਿਉਂ ਕਰੀਏ ਫਿਰ ਉਹ ਸੈਕ ਸੀਮਨ ਹੋਣਾ ਚਾਹੀਦਾ ਤਾਂ ਕਿ ਬੱਚੇ ਨਾ ਪੈਦਾ ਹੋਣ ਕਾਹ ਨਹੀਂ ਪਤਾ ਹੁਣ ਕਾਹੀਆਂ ਹਾਈ ਯੀਲਡਿੰਗ ਹੋਣੀ ਚਾਹੀਦੀਆਂ ਫਿਰ ਫੀਡ ਇੱਕ ਬੜਾ ਬੜਾ ਵੱਡਾ ਸਬਜੈਕਟ ਆ ਉੱਤੇ ਗੌਰ ਕਰਨ ਦੀ ਲੋੜ ਹੈ ਫੀਡ ਚ ਕੀ ਆਪਾਂ ਮਾਰ ਖਾਨੇ ਆ ਕਿੱਥੇ ਫੀਡ ਚ ਮਾਰ ਨਹੀਂ ਸਾਡੇ ਬੜੇ ਅੱਛੇ ਅੱਛੇ ਲੋਕ ਫੀਡ ਦੇ ਵਿੱਚ ਨੇ ਫੀਡ 'ਚ ਕੋਈ ਕਮੀ ਨਹੀਂ ਲੇਕਿਨ ਕਰਾਸ ਚੈੱਕ ਤਾਂ ਹੋਣਾ ਚਾਹੀਦਾ ਨਾ ਕਿਤੇ ਕਿਤੇ ਕੋਈ ਚੈਕਿੰਗ ਤਾਂ ਕਰੇ ਸਾਡੀ ਸਰਕਾਰ ਕੀ ਚੈਕਿੰਗ ਫੀਡ ਤੇ ਕਰਦੀ ਮੈਨੂੰ ਇਹ ਦੱਸ ਦੇਵੇ ਇਹ ਨਹੀਂ ਕਿ ਕੋਈ ਮਾੜਾ ਕੰਮ ਕਰ ਰਿਹਾ ਮਿਲਾਵਟ ਹੋ ਰਹੀ ਆ ਹੁੰਦੀ ਹੋਊਗੀ ਉਹਨਾਂ ਨੂੰ ਰੋਕਣ ਦੀ ਲੋੜ ਹੈ ਕਾਰਗੇ ਅੱਜ ਹਮ ਇਹ ਮਾਰਕੀਟ ਦੀ ਆਪਦੀ ਫੀਡ ਬੜੀ ਚੰਗੀ ਆ ਹੋਰ ਇਹ ਚ ਕਿੰਨਾ ਇੰਪਰੂਵਮੈਂਟ ਲਿਆਉਣੀ ਆ ਇਹ ਸਾਰੀਆਂ ਗੱਲਾਂ ਗੜਵਾਸੂ ਸਾਡੀ ਯੂਨੀਵਰਸਿਟੀ ਆ ਉੱਥੋਂ ਬੰਦ ਨਾਲ ਲੈ ਜਾਊਗਾ ਤਾਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅੱਜ ਦਾ ਸਾਰਾ ਜਿਹੜਾ ਸ਼ੋਅ ਆ ਉਹ ਪਸ਼ੂ ਪਾਲਣ ਤੇ ਹੀ ਮਤਲਬ ਸੀਮਤ ਰਹਿਣਾ ਚਾਹੀਦਾ ਸੀ ਤੇ ਉੱਥੇ ਹੀ ਰਿਹਾ ਤੇ ਕੁੜਤੇ ਕੁਰਤੇ ਤੋਂ ਨਾ ਕੁਰਤੇ ਤਾ ਪਾਈ ਨਹੀਂ ਕੁਰਤੇ ਦੇ ਆ ਜੰਨੇ ਆ ਚਲੋ ਦੱਸੋ ਹੁਣ ਕੁਰਤੇ ਤੋਂ ਦੱਸੋ ਅੱਛਾ ਮੈਂ ਆਇਆ ਤੇ ਇਹ ਕਹਿੰਦੇ ਰਾਣਾ ਸਾਹਿਬ ਕਹਿੰਦੇ ਵੀ ਯਾਰ ਆਹ ਕੁਰਤਾ ਪਿਆਮਾ ਨਹੀਂ ਕਹਿੰਦਾ ਵੀ ਆਹ ਇਸ ਢੰਗ ਦਾ ਹਣਾ ਥੋੜਾ ਸ਼ਿੰਤਾ ਬਹੁਤ ਸੋਹਣਾ ਹਾਂ ਦੇਖੋ ਮੋਹਰ ਦੇਖ ਲਈ ਸੀ ਮੈਂ ਮੈਂ ਕਿਹਾ ਵੀ ਮੇਰੇ ਵਾਲੇ ਬੰਦੇ ਦੀ ਆ ਪ੍ਰਿੰਸ ਦੀ ਪ੍ਰੈਸ ਦੀ ਸੰਝਾਤਣਾ ਮੇਰਾ ਕਰਦਾ ਨਹੀਂ ਸਾਰੇ ਸਾਰੇ ਇਹ ਇਹ ਕੁਰਤੇ ਦੀ ਦੇਖੋ ਤੁਸੀਂ ਮੇਰੇ ਨੂੰ ਮੈਂ ਸੇਰ ਦਾ ਪਾਇਆ ਕੋ ਬਾਟਿਆ ਤਾਂ ਦੱਸੋ ਨਹੀਂ ਹੈਗੇ ਹਾਂਜੀ ਨਾ ਤੇ ਇਹ ਕੱਪੜੇ ਦੀ ਉਹ ਆ ਹਾਂ ਉਹ ਮੈਂ ਜਾ ਕੇ ਉਹਨੂੰ ਪੁੱਛੂੰਗਾ ਬਈ ਯਾਰ ਮੈਨੂੰ ਤੂੰ ਹੋਰ ਹੀ ਤਰ੍ਹਾਂ ਦੇ ਲੀੜੇ ਦੇ ਤੇ ਤੇ ਤੂੰ ਨਹੀਂ ਤੁਸੀਂ ਸਪੈਸੀਫਿਕਲੀ ਮੰਗਿਆ ਨਹੀਂ ਹੋਣਾ ਨਹੀਂ ਮੈਂ ਤਾਂ ਸਾਰਾ ਕੁਝ ਹੀ ਜਾ ਕੇ ਉਹਦੇ ਤੇ ਸ਼ਾਹ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਹਾਂ ਮੈਂ ਰਾਜਨੀਤੀ ਤੋਂ ਪਹਿਲਾਂ ਹਾਂ ਸੂਟ ਪਾਉਂਦਾ ਸੀ ਕਨਾਲੀ ਦੇ ਜਿੰਨੀਆਂ ਦੇ ਬਰੀਆਨ ਦੇ ਹਾਂ ਬਰੀਆਨੀ ਦੇ ਹਾਂ ਬੜੇ ਬੜੇ ਮਹਿੰਗੇ ਸੂਟ ਹੁਣ ਮੇਰਾ ਸਰ ਜਿੰਦ ਦਿਨ ਮੈਂ ਰਾਜਨੀਤੀ ਚ ਆਇਆ ਉਹਦੇ ਬਾਅਦ ਮੈਂ ਕੁੜਤਾ ਪਜਾਮਾ ਆਪਣੀ ਡਰੈਸ ਬਣਾ ਲਈ ਹਰ ਸਰ ਬੜਾ ਸਸਤਾ ਜਾਂਦਾ ਥੋੜੇ ਪੈਸੇ ਟੌਰ ਬਹੁਤ ਨਿਕਲ ਜਾਂਦਾ ਕਈ ਵਾਰ ਫਰਨੇਸ ਜਾਗੇ ਪਰੇਸ਼ਾਨੀ ਆਉਂਦੀ ਆ ਕਿ ਲੋਕ ਕੀ ਕਹਿਣਗੇ ਯਾਰ ਇਹ ਤਰ੍ਹਾਂ ਫਿਰ ਲੇਕਿਨ ਕਈ ਜਾਣ ਯਾਰ ਜene ਕਹਿੰਦਾ ਜਦੋਂ ਆਪਾਂ ਇਲੈਕਸ਼ਨ ਚ ਸੀ ਨਾ ਉਦੋਂ ਉਹ ਸਰੀ ਸੀਗੀ ਜਿਹੜੀ ਇੱਥੇ ਰੱਖ ਸੀਰੀ ਸੀ ਉਹ ਚ ਹਰ ਬਰੀ ਨਵੇਂ ਕੱਪੜੇ ਖਰੀਦਨੇ ਪੈਂਦੇ ਸੀ ਐਦਕੀ ਤਾਂ ਹੀ ਆਪਾਂ ਸਰੀ ਦਾ ਨਾ ਚਿੱਟਾ ਕੁੜਤਾ ਮੈਂ ਰੱਖਿਆ ਬਿਲਕੁਲ ਠੀਕ ਹੈ ਦੋਵਾਂ ਨਾਲ ਪਰ ਇਹਦਾ ਇਹਦਾ ਨਾ ਕ੍ਰੈਡਿਟ ਹਾਂ ਚਿੱਟੇ ਕੁਰਤੇ ਪਜਾਮੇ ਦਾ ਹੋਰਾਂ ਨੂੰ ਵੀ ਜਾਂਦਾ ਹੋਊਗਾ ਹਾਂ ਬੜੇ ਅੱਛੇ ਅੱਛੇ ਕਾਲੀ ਪ੍ਰਿੰਸ ਨਹੀਂ ਹੋਰ ਵੀ ਹੋਣਗੇ ਨਹੀਂ ਜਿੱਥੇ ਤੇ ਮੇਰੀ ਆਪਣੀ ਹਮ ਇਹ ਦੇਖੋ ਹਮ ਇਹ ਆਦਾ ਮਿਲ ਰਿਹਾ ਨਾ ਹਮ ਜੇ ਮੈਂ ਬੰਦ ਕਰੂੰਗਾ ਬਟਨ ਸੈਂਟਰ ਚਾ ਹੋਊਗਾ ਪੰਜਾਬ ਦੇ ਵਿੱਚ ਹਮ ਰੇਸਿੰਗ ਹਾਂ ਕੋੜਿਆਂ ਰੇਸਿੰਗ ਕੋੜਿਆਂ ਦੀ ਹਮ ਯਾਰ ਉਹਨੂੰ ਲੋਕ ਜੂਆ ਸਮਝਦੇ ਆ ਹਮ ਆਪਾਂ ਇਹਨੂੰ ਜੂਆ ਨਾ ਸਮਝੀਏ ਹਮ ਦੇਖੋ ਬਰੀਡਰ ਹੈਗੇ ਜੇ ਬੰਗਲੌਰ ਦੇ ਵਿੱਚ ਸਾਡੇ ਇੱਥੋਂ ਬੰਦੇ ਜਾ ਕੇ ਪੂਨੇ ਤੋਂ ਜਾਂਦੇ ਆ ਸਾਰੀ ਜਗਾ ਬੰਗਲੌਰ ਉੱਥੇ ਰੇਸਿੰਗ ਹੁੰਦੀ ਆ ਸਟੇਡੀਅਮ ਆ ਸਾਡੀ ਸਰਕਾਰ ਕੋ ਹਲਵਾਰੇ ਦੇ ਲਾਗੇ ਜ਼ਮੀਨ ਵੀ ਆ ਜੇ ਹਲਵਾਰਾ ਨਹੀਂ ਪਸੰਦ ਤੁਸੀਂ ਚੰਡੀਗੜ੍ਹ ਦੇ ਲਾਗੇ ਲੈ ਆਓ ਹੁਣ ਤਾਂ ਸਰਕਾਰ ਨੇ ਵਿੱਚ ਕੰਮ ਹੀ ਬੜਾ ਸੋਖਾ ਕਰ ਦਿੱਤਾ مشترਕਾ ਮਾਲਕਾਂ ਦੇਸ਼ ਆ ਮੜ ਕਬਜ਼ਾ ਕਰ ਲਓ ਪੰਚਾਇਤ ਕਬਜ਼ਾ ਕਰ ਲਓ ਉਸੇ ਚੋ ਸੌਕ ਗਲਾ ਕੱਢ ਲਓ ਕਿਤੇ ਮਾਰੀ ਲਾਗੇ ਹਾਂ ਤੇ ਉਹ ਬੜੀ ਦੇਰ ਦਾ ਪ੍ਰੋਜੈਕਟ ਅੜਿਆ ਉਹਨੂੰ ਜ਼ਰੂਰ ਅੱਗੇ ਲਿਆਉਣਾ ਚਾਹੀਦਾ ਤਾਂ ਕਿ ਹੌਰਸ ਬਰੀਡਿੰਗ ਸਾਡੇ ਬਰੀਡਰਾਂ ਨੂੰ ਫਾਇਦਾ ਹੋਵੇ ਔਰ ਨਵੇਂ ਨੌਜਵਾਨ ਇਸ ਬਣੇ ਲੱਗਣ ਆ ਯਾਰ ਘੋੜੀਆਂ ਜਿਹੜੀਆਂ ਮਰਾਠਵਾੜੀ ਹਾਂ ਹਾਂਜੀ ਮੈਂ ਤਾਂ ਮਾਰਵਾੜੀ ਹਾਂ ਮਾਰਵਾੜੀ ਮਾਰਵਾੜੀ ਬਰੀਡ ਹਾਂ ਇਹ ਕਰੋੜ ਕਰੋੜ ਸਵਾ ਸਵਾ ਡੇਡ ਡੇਡ ਇੱਕ ਕੋ ਕਾਲਾ ਕਾਂਟਾ ਹਾਂ ਚਲੋ ਉਹ ਅੱਜਕੱਲ੍ਹ ਜਿਆਪ ਚ ਦੇਵ ਆਲਮਗੀਰ ਤੇ ਸ਼ੈਨੀ ਹਿੰਦਾ ਇਹ ਵੀ ਖੜਿਆ ਪਰਮਾਂ ਤੇ ਹਾਂ ਉਹਨਾਂ ਦੇ ਬੱਚੇ ਵਿਕਦੇ ਆ ਘੋੜੇ ਵਿਕਦੇ ਆ ਇਹ ਪੈਰਲਲ ਇਕਨੋਮੀ ਹੈ ਸਾਨੂੰ ਇਹਦੇ ਬਾਰੇ ਸੋਚਣਾ ਪੈਣਾ ਵੀ ਜਿਨੇ ਪੈਸੇ ਘੋੜਿਆਂ ਤੇ ਲਾਉਣੇ ਆ ਤੋ ਉਹਨੂੰ ਬੰਗਲੌਰ ਜਾ ਕੇ ਬਿਲਾ ਦੇਣੇ ਆ ਉਹਨੇ ਇੱਥੇ ਬੈਠੇ ਲਾ ਦੇਣੇ ਆ ਇੱਕ ਗੱਲ ਕਰਦਾ ਉਹ ਜਿਨ੍ਹਾਂ ਨੇ ਬਣਾਉਣਾ ਸੀਗਾ ਜਿਨ੍ਹਾਂ ਦਾ ਇਹ ਮਤਲਬ ਸੌਰੀ ਹੁਣ ਮੈਂ ਕਹਾਦਾਸ ਹੀ ਦਿੰਦਾ ਅਸਲ ਚ ਕੀ ਹੋਇਆ ਸੀ ਇਲੈਕਸ਼ਨ ਤੋਂ ਪਹਿਲਾਂ ਇੱਥੇ ਰੱਖ ਸੀਰੀ ਚ ਸੁਖਬੀਰ ਬਾਦਲ ਹੋਰਾਂ ਦਾ ਵੀ ਇੰਟਰਵਿਊ ਸੀ ਉਹਦੇ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦਾ ਯਾਰ ਜੇ ਮਤਲਬ ਜੇ ਨਹੀਂ ਉਹਨਾਂ ਨੇ ਤਾਂ ਕਿਹਾ ਸੀ ਵੀ ਆਪਾਂ ਇੱਥੇ ਰੇਸ ਕੋਰਸ ਬਣਾਵਾਂਗੇ ਘੋੜਿਆਂ ਦਾ ਪਰ ਹੁਣ ਉਹਨਾਂ ਦੀ ਸਰਕਾਰ ਨਹੀਂ ਹੈ ਨਹੀਂ ਉਹ ਸੁਪਨੇ ਲੈਂਦੇ ਰਹੇ 10 ਸਾਲ ਹਾਂ ਕਿਤੇ ਭਾਈ ਆਪਣਾ ਆਇਆ ਨਾ ਨੰਬਰ ਸੁਖਵੀਰ ਮੁੱਖ ਮੰਤਰੀ ਨਹੀਂ ਸਰਕਾਰ ਚ ਤੇ ਐਨੀਮਲ ਹਸਬੈਂਡਰੀ ਆ ਵੇ ਮਹਿਕਮਾ ਅਰਬਨ ਵਾਲਾ ਅਰਬਨ ਡਿਵੈਲਪਮੈਂਟ ਕੋਲ ਹੈ ਇਹਦੇ ਪੀੜਾ ਪ੍ਰੋਜੈਕਟ ਨੀ ਅਰਬਨ ਡਿਵੈਲਪਮੈਂਟ ਆ ਸਰਬਨ ਅਰਬਨ ਡਿਵੈਲਪਮੈਂਟ ਵਾਲਾਂ ਕੋ ਇਹ ਉਹਦੀ ਜ਼ਮੀਨ ਹੈ ਠੀਕ ਹੈ ਇਹ ਇਹ ਬਣਵਾਵਾ ਬਣਾਉਣਾ ਹੀ ਬਣਾਉਣਾ ਮੈਂ ਤਾਂ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰ ਦੇਣਾ ਉਹ ਬਣਾ ਦੇਣ ਸਾਨੂੰ ਕੀ ਤਰਾਜਾ ਯਾਰ ਕੋਈ ਬਣਾਵੇ ਕੋਈ ਕਰਦੇ ਤੇ ਆਪਾਂ ਤਾਂ ਹਮੇਸ਼ਾ ਚੰਗੀ ਗੱਲ ਹੀ ਕਰੀਦੀ ਵਿਧਾਨ ਸਭਾ ਚ ਵੀ ਜੇ ਵਿਧਾਨ ਸਭਾ ਚ ਕੋਈ ਗੱਲ ਕਰੀਦੀ ਆ ਜੇ ਪਾਣੀ ਦੀ ਗੱਲ ਕਰੀਏ ਕੋਈ ਵੀ ਗੱਲ ਕਰੀਏ ਤੇ ਡਿਵੈਲਪਮੈਂਟ ਦੀ ਐਗਰੀਕਲਚਰ ਨਾਲ ਜਿਹੜਾ ਮੇਰਾ ਸਬਜੈਕਟ ਆ ਉਹ ਤੇ ਆਪਾਂ ਪੂਰੀ ਦਾ ਨਹੀਂ ਤੁਸੀਂ ਇਹ ਵੀ ਦੇਖੋ ਨਾ ਵੀ ਜੇ ਘੋੜਿਆਂ ਦਾ ਕੰਮ ਪੰਜਾਬ ਚ ਹੈ ਪੰਜਾਬ ਨੂੰ ਰਿਚ ਹੀ ਕਰ ਰਿਹਾ ਇਸ ਕੰਮ ਨੇ ਪੰਜਾਬ ਦਾ ਕੋਈ ਨੁਕਸਾਨ ਨਹੀਂ ਕਰ ਰਿਹਾ ਕੋਈ ਨੁਕਸਾਨ ਨਹੀਂ ਕਰ ਰਿਹਾ ਹਾਂ ਸੋ ਮੁੰਡਿਆਂ ਨੂੰ ਸਾਡੇ ਨੂੰ ਸ਼ੌਕ ਹੋਊਗਾ ਹੈ ਜੇ ਕਰੋੜ ਦਾ ਕਿਸੇ ਦਾ ਕੋੜਾ ਵੇਚ ਜਾਏ 50 ਲੱਖ ਦਾ ਹੀ ਵਿਕ ਜਾਏ ਥੋੜੇ ਦੇ ਰੁਪਿਆ ਲੱਖ ਦੋ ਕੋੜੇ ਵਿੱਚ 1 ਕਰੋੜ ਰੁਪਿਆ ਨਾ ਇਹ ਮਿਹਨਤ ਮਿਹਨਤ ਕਰਕੇ ਫਕਰਨਾ ਖਾਣਾ ਖਾਣਗੇ ਨਾਲੇ ਨਵਾਬੀ ਸ਼ੌਕ ਰਾਜੇ ਮਹਾਰਾਜਾਂ ਦੇ ਇਹ ਇਹ ਮੇਸ਼ਾ ਆਪਾਂ ਕੌਮ ਜਿਹੜੀ ਹੈ ਕਿਹੜੀ ਕੌਮ ਹੈ ਸੀ ਮਹਾਰਾਜਾ ਰਣਜੀਤ ਸਿੰਘ ਦੇ ਹੈ ਉਹਦੇ ਉਹਦੇ ਅਣਸ਼ਵਣ ਜੀ ਆਪਾਂ ਸਾਡਾ ਰਾਜਾ ਸੀ ਮੈਂ ਕਿਤਾਬ ਪੜਦਾ ਸੀ ਯਾਰ ਉਹਦੇ ਮਹਾਰਾਜੇ ਜਿੰਦਾ ਮਾਰਣੀ ਜਿੰਦਾ ਦੀ ਉਹ ਮੈਨੂੰ ਰੋਣਾ ਬੜਾ ਆ ਜਦੋਂ ਖੀਰ ਜੇਚ ਜਾ ਕੇ ਜੋ ਦੁਰਗਤੀ ਸਾਡੀ ਰਾਣੀ ਨੇ ਹੋਈ ਲੇਕਿਨ ਹੁਣ ਕੀ ਕਰੀਓ ਅੰਗਰੇਜ਼ਾਂ ਦਾ ਰਾਜ ਸੀ ਬਿਲਕੁਲ ਤੇ ਹੈ ਤਾਂ ਸਾਡੇ ਮਹਾਰਾਜਾ ਰਣਜੀਤ ਸਿੰਘ ਹੀ ਨਾ ਬਿਲਕੁਲ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ